ਹੈਲੋ ਸਟੂਡੈਂਟਸ, ਵੈਲਕਮ ਟੂ ਟੀਵੀ ਸਕੂਲ। ਆਪਾਂ ਕਰ ਰਹੇ ਹਾਂ ਪਲੱਸ ਟੂ ਦੀ ਫਿਜ਼ਿਕਸ, ਉਹਦੇ ਅੰਡਰ ਯੂਨਿਟ ਨੰਬਰ 5, ਦੈਟ ਇਜ਼ ਇਲੈਕਟ੍ਰੋਮੈਗਨੈਟਿਕ ਵੇਵਸ। ਪ੍ਰੀਵੀਅਸ ਲੈਕਚਰ 'ਚ ਜਿਹੜਾ ਆਪਾਂ ਟੋਪਿਕ ਡਿਸਕਸ ਕੀਤਾ ਸੀਗਾ, ਦੈਟ ਇਜ਼ ਅ ਟ੍ਰਾਂਸਵਰਸ ਨੇਚਰ ਆਫ ਇਲੈਕਟ੍ਰੋਮੈਗਨੈਟਿਕ ਵੇਵ ਐਂਡ ਹਰਟਜ਼ ਐਕਸਪੈਰੀਮੈਂਟ, ਕਲੀਅਰ। ਸੋ ਹਰਟਜ਼ ਨੇ ਆਪਾਂ ਇਹ ਦੇਖਿਆ ਸੀਗਾ ਕਿ ਜਿਹੜਾ ਹਰਟਜ਼ ਨੇ ਐਕਸਪੈਰੀਮੈਂਟਲੀ ਮੈਕਸਵੈਲ ਦੇ ਜਿਹੜੇ ਵੀ ਉਹਨੇ ਦਿੱਤੀਆਂ ਸੀ ਪ੍ਰੈਡਿਕਸ਼ਨਸ, ਉਹਨਾਂ ਨੂੰ ਕਨਫਰਮ ਕੀਤੀਆਂ ਸੀ ਕਿ ਯੈਸ, ਕਿ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਆ ਟ੍ਰਾਂਸਵਰਸ ਇਨ ਨੇਚਰ ਹੁੰਦੀਆਂ ਆ, ਸਪੀਡ ਆਫ ਲਾਈਟ ਨਾਲ ਫਲੋ ਕਰਦੀਆਂ ਆ, ਐਂਡ ਜਿਹੜੀਆਂ EM ਰੇਡੀਏਸ਼ਨਸ ਆ ਉਹਨਾਂ ਦਾ ਵੇਵ ਨੇਚਰ ਹੁੰਦਾ, ਕਲੀਅਰ। ਐਂਡ ਉਸ ਤੋਂ ਬਾਅਦ ਆਪਾਂ ਟ੍ਰਾਂਸਵਰਸ ਨੇਚਰ ਦਾ ਮੈਥਮੈਟੀਕਲੀ ਪਰੂਫ ਵੀ ਦੇਖਿਆ ਸੀਗਾ ਕਿ ਜਿਹੜਾ ਇਲੈਕਟ੍ਰਿਕ ਫੀਲਡ ਜਾਂ ਫਿਰ ਮੈਗਨੈਟਿਕ ਫੀਲਡ ਆ, ਉਹ ਸਿਰਫ ਪਰਪੈਂਡੀਕੁਲਰ ਡਾਇਰੈਕਸ਼ਨ ਦੇ ਵਿੱਚ ਜੇ ਹੋਊਗੀ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਦੇ, ਦੈਨ ਹੀ ਸਿਰਫ ਆਪਣੇ ਕੋਲ ਇਲੈਕਟ੍ਰੋਮੈਗਨੈਟਿਕ ਵੇਵਸ ਆ ਜਿਹੜੀਆਂ ਉਹ ਪ੍ਰੋਡਿਊਸ ਹੋਣਗੀਆਂ, ਅਦਰਵਾਈਜ਼ ਨਹੀਂ। ਆਪਾਂ ਇਹ ਦੇਖਿਆ ਸੀ ਨਾ ਲਾਸਟ 'ਤੇ, ਦੈਟ ਇਜ਼ EX ਵਿਚ ਇਜ਼ ਇਕੁਅਲ ਟੂ E-X, ਮਤਲਬ ਕਿ ਇਲੈਕਟ੍ਰਿਕ ਫੀਲਡ ਜਿਹੜੀ ਮੈਂ ਲੈ ਲਈ ਸੀ ਐਕਸ ਡਾਇਰੈਕਸ਼ਨ ਆ ਪ੍ਰੋਪੇਗੇਸ਼ਨ ਦੀ, ਮਤਲਬ ਜਿਹੜੀ ਵੇਵਸ ਨੇ ਪ੍ਰੋਪੇਗੇਟ ਕਰਨਾ ਐਕਸ ਡਾਇਰੈਕਸ਼ਨ ਦੇ ਵਿੱਚ ਪ੍ਰੋਪੇਗੇਟ ਕਰਨਾ। ਸੋ ਜਿਹੜੀ ਇਲੈਕਟ੍ਰਿਕ ਫੀਲਡ ਆ ਰਹੀ ਹੈ ਉਸੇ ਐਕਸ ਡਾਇਰੈਕਸ਼ਨ ਦੇ ਵਿੱਚ ਉਹ ਕੋਂਸਟੈਂਟ ਆ ਰਹੀ ਸੀ, ਦੈਟ ਇਜ਼ 0। ਹੁਣ ਜੇ ਇਲੈਕਟ੍ਰਿਕ ਫੀਲਡ ਕੋਂਸਟੈਂਟ ਆ, ਮਤਲਬ ਉਹ 'ਚ ਕੋਈ ਵੇਰੀਏਸ਼ਨ ਹੀ ਨਹੀਂ ਹੋ ਰਹੀ, ਦੈਨ ਕੋਈ ਵੇਵ ਤਾਂ ਪ੍ਰੋਡਿਊਸ ਹੋਣੀ ਨਹੀਂ ਫਿਰ, ਠੀਕ ਹੈ। ਜੇ ਓਬਵੀਅਸ ਆ, ਜੇ ਕੋਈ ਚੀਜ਼ ਓਸੀਲੇਟ ਕਰੂਗੀ ਤਾਂ ਹੀ ਵੇਵ ਪ੍ਰੋਡਿਊਸ ਹੋਊਗੀ ਨਾ। ਹੁਣ ਜੇ ਤਾਂ ਇਹ ਕੋਂਸਟੈਂਟ ਆ ਤਾਂ ਮਤਲਬ ਕੋਈ ਵੇਵ ਨਹੀਂ ਪ੍ਰੋਡਿਊਸ ਹੋ ਰਹੀ। ਸੋ ਇੱਥੋਂ ਆਪਾਂ ਨੂੰ ਇਹ ਦੇਖਿਆ ਸੀ ਕਿ ਜੇ ਇਲੈਕਟ੍ਰਿਕ ਫੀਲਡ ਇਨ ਐਕਸ ਐਕਸਿਸ ਅਲੋਂਗ ਹੀ ਹੋਊਗੀ, ਜਿਸ ਡਾਇਰੈਕਸ਼ਨ ਦੇ ਵਿੱਚ ਮਤਲਬ ਵੇਵਸ ਨੇ ਪ੍ਰੋਪੇਗੇਟ ਕਰਨਾ, ਸੇਮ ਹੀ ਡਾਇਰੈਕਸ਼ਨ ਜੇ ਇਲੈਕਟ੍ਰਿਕ ਫੀਲਡ ਆਪਾਂ ਲੈ ਰਹੇ ਹਾਂ ਤਾਂ ਇਲੈਕਟ੍ਰੋਮੈਗਨੈਟਿਕ ਵੇਵਸ ਪ੍ਰੋਪੇਗੇਟ ਨਹੀਂ ਹੋਣੀਆਂ। ਇਟ ਮੀਨਸ ਕਿ ਜਿਹੜੀਆਂ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਉਹ ਪਰਪੈਂਡੀਕੁਲਰ ਹੀ ਲੱਗਦੀਆਂ ਨੇ ਤਾਂ ਹੀ ਵੇਵਸ ਪ੍ਰੋਡਿਊਸ ਹੁੰਦੀਆਂ ਨੇ, ਕਲੀਅਰ, ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਦੇ। ਸੋ ਇੱਥੋਂ ਹੀ ਪਤਾ ਲੱਗ ਗਿਆ ਸੀ ਕਿ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਆ ਉਹ ਕੀ ਨੇ ਆਪਣੇ ਕੋਲ, ਟ੍ਰਾਂਸਵਰਸ ਨੇਚਰ ਹੁੰਦਾ ਉਹਨਾਂ ਦਾ, ਕਲੀਅਰ। ਸੋ ਅੱਜ ਦਾ ਆਪਣਾ ਟੋਪਿਕ ਹੈਗਾ ਐਨਰਜੀ ਡੈਂਸਿਟੀ, ਮਤਲਬ ਕਿ EM ਵੇਵ ਦੀ ਹੁਣ ਆਪਾਂ ਉਹਨਾਂ ਦੀ ਐਨਰਜੀ ਡੈਂਸਿਟੀ ਦੇਖਾਂਗੇ, ਕਲੀਅਰ। ਸੋ ਨਾਓ ਲੈਟਸ ਸਟਾਰਟ। ਸਭ ਤੋਂ ਪਹਿਲਾਂ ਆਪਾਂ ਨੂੰ ਇਹਨਾਂ ਦਾ ਪਤਾ ਹੀ ਹੈ ਕਿ ਜਿਹੜੀਆਂ EM ਵੇਵਸ ਨੇ ਉਹ ਕੀ ਕਰਦੀਆਂ ਨੇ, ਇੱਕ ਤਰ੍ਹਾਂ ਦੀ ਐਨਰਜੀ ਦੀ ਹੀ ਫੋਰਮ ਆ, ਮਤਲਬ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਉਹ ਕੀ ਕਰਦੀਆਂ ਨੇ, ਐਨਰਜੀ ਨੂੰ ਕੈਰੀ ਕਰਦੀਆਂ, ਜਦੋਂ ਵੀ ਉਹ ਟਰੈਵਲ ਕਰਦੀਆਂ ਨੇ ਉਹ ਨਾਲ ਦੀ ਨਾਲ ਐਨਰਜੀ ਨੂੰ ਕੈਰੀ ਕਰਦੀਆਂ ਨੇ, ਮਤਲਬ ਉਹਨਾਂ ਦੇ ਵਿੱਚ ਐਨਰਜੀ ਕੀ ਹੁੰਦੀ ਆ, ਸਟੋਰ ਹੁੰਦੀ ਆ। ਔਰ ਜਿਹੜੀ ਐਨਰਜੀ ਸਟੋਰ ਹੁੰਦੀ ਆ ਉਹ ਇਕੁਅਲੀ ਸ਼ੇਅਰ ਕੀਤੀ ਜਾਂਦੀ ਆ ਬਾਏ ਇਲੈਕਟ੍ਰਿਕ ਫੀਲਡ ਦੁਆਰਾ ਐਂਡ ਮੈਗਨੈਟਿਕ ਫੀਲਡ ਦੁਆਰਾ, ਕਲੀਅਰ। ਸੋ ਐਨਰਜੀ ਡੈਂਸਿਟੀ ਨੂੰ ਜੇ ਮੈਂ ਡਿਫਾਈਨ ਕਰਨਾ ਹੋਵੇ, ਡੈਂਸਿਟੀ ਆ ਗਿਆ ਮਤਲਬ ਪਰ ਯੂਨਿਟ ਵੋਲਿਊਮ, ਕਲੀਅਰ। ਸੋ ਜਿਹੜੀ ਐਨਰਜੀ ਡੈਂਸਿਟੀ ਆਫ ਐਨ EM ਵੇਵ ਇਜ਼ ਦਾ ਐਨਰਜੀ ਇਨ ਪਰ ਯੂਨਿਟ ਵੋਲਿਊਮ ਆਫ ਸਪੇਸ, ਮਤਲਬ ਕਿ ਜੇ ਮੈਂ ਇਹ ਕਹਿ ਰਹੀ ਹਾਂ ਕਿ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਆ ਪੂਰੇ ਮੀਡੀਅਮ ਦੇ ਵਿੱਚ ਟਰੈਵਲ ਕਰ ਰਹੀਆਂ ਨੇ, ਏਅਰ ਆ ਇਹ ਮੰਨ ਲਓ, ਸੋ ਇੱਦਾਂ ਟਰੈਵਲ ਕਰ ਰਹੀਆਂ ਨੇ, ਸੋ ਹੁਣ ਮੈਂ ਐਨਰਜੀ ਜਿਹੜੀ ਡੈਂਸਿਟੀ ਦੇਖਣੀ ਹੈ, ਮਤਲਬ ਪਰ ਯੂਨਿਟ ਵੋਲਿਊਮ, ਇਸ ਪੂਰੇ ਵੋਲਿਊਮ ਦੇ ਇੱਕ ਯੂਨਿਟ ਦੇ ਵਿੱਚ ਐਨਰਜੀ ਕਿੰਨੀ ਆ ਵੇਵਸ ਦੀ ਸਟੋਰ ਕੀਤੀ ਹੋਈ, ਉਹਨੂੰ ਆਪਾਂ ਕਹਿ ਦਿੰਦੇ ਹਾਂ ਐਨਰਜੀ ਡੈਂਸਿਟੀ, ਕਲੀਅਰ। ਕਿ ਪੂਰੇ ਵੋਲਿਊਮ ਦਾ ਨਹੀਂ ਮੈਂ ਦੇਖ ਰਹੀ, ਮੈਂ ਸਿਰਫ ਪਰ ਯੂਨਿਟ ਵੋਲਿਊਮ ਦੇਖ ਰਹੀ ਹਾਂ ਕਿ ਐਨਰਜੀ ਕਿੰਨੀ ਆ ਸਟੋਰ ਹੋਈ ਹੋਈ ਵੇਵਸ ਦੇ ਵਿੱਚ, ਕਲੀਅਰ। ਤਾਂ ਉਹਨੂੰ ਕਹਾਂਗੇ ਆਪਾਂ ਪਰ ਸੋਰੀ ਐਨਰਜੀ ਡੈਂਸਿਟੀ, ਕਲੀਅਰ। ਸੋ ਇਹਨੂੰ ਆਪਾਂ ਐਕਸਪ੍ਰੈਸ ਕਿੱਦਾਂ ਕਰ ਸਕਦੇ ਹਾਂ, ਮਤਲਬ ਇਹਨੂੰ ਮੈਂ ਲਿਖ ਕਿੱਦਾਂ ਸਕਦੇ ਹਾਂ, ਡਿਫਾਈਨ ਜੇ ਮੈਂ ਇਹਦੀ ਲਿਖਣੀ ਹੋਵੇ ਤਾਂ ਕਿਵੇਂ ਲਿਖਾਂਗੇ, ਐਨਰਜੀ ਡੈਂਸਿਟੀ ਆਫ ਐਨ EM ਵੇਵ ਇਸ ਦਾ ਐਨਰਜੀ ਇਨ ਯੂਨਿਟ ਵੋਲਿਊਮ ਆਫ ਸਪੇਸ ਥਰੂ ਵਿੱਚ EM ਵੇਵਸ
propagates. Clear? So energy density of an EM wave ਕੀ ਹੋਇਆ is the energy, ਮਤਲਬ ਉਹ energy ਜਿਹੜੀ in unit volume ਦੇ ਵਿੱਚ ਆ space ਦੇ, ਜਿਹਦੇ ਵਿੱਚ ਜਿਹੜੀ ਆ EM waves ਨੇ ਕੀ ਕਰਨੀ ਹੈ, propagate ਕਰਨਾ. Clear? So this is the define of an energy density. ਮਤਲਬ energy per unit volume ਆਪਾਂ consider ਕਰ ਰਹੇ ਹਾਂ, ਸੋ ਉਹਨੂੰ ਕਹਿ ਦਿੰਦੇ ਹਾਂ energy density full space ਦੀ. ਸੋ ਹੁਣ ਆਪਾਂ ਮੈਂ ਕੀ ਕਿਹਾ ਕਿ ਜਿਹੜੀ ਐਨਰਜੀ ਸਟੋਰ ਕੀਤੀ ਹੁੰਦੀ ਆ EM ਵੇਵਸ ਆ, ਆਫਕੋਰਸ EM ਆ ਮੀਨਸ ਇਲੈਕਟ੍ਰਿਕ ਐਂਡ ਮੈਗਨੈਟਿਕ ਦੋਨੇ ਐਸੋਸੀਏਟ ਹੋਈਆਂ ਹੋਈਆਂ ਫੀਲਡਸ, ਸੋ ਇਟ ਮੀਨਸ ਕਿ ਜਿਹੜੀ ਐਨਰਜੀ ਉਹ ਇਕੁਅਲ ਸ਼ੇਅਰ ਕੀਤੀ ਜਾਂਦੀ ਆ ਬਾਈ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਦੇ ਦੁਆਰਾ, ਬਰਾਬਰ ਬਰਾਬਰ ਜਿਹੜੀ ਉਹ ਸ਼ੇਅਰ ਕਰਦੀਆਂ ਨੇ ਇਲੈਕਟ੍ਰਿਕ ਫੀਲਡ ਵੀ ਐਂਡ ਮੈਗਨੈਟਿਕ ਫੀਲਡ ਵੀ. ਕਲੀਅਰ? ਸੋ ਜੇ ਮੈਂ ਦੇਖਾਂ ਇਨ ਕੇਸ ਆਫ, ਸਭ ਤੋਂ ਪਹਿਲਾਂ ਇਲੈਕਟ੍ਰਿਕ ਫੀਲਡ ਦੇ ਕੇਸ ਵਿੱਚ ਇਨ ਮੈਂ ਲਾ ਲੈਂਦੀ ਹਾਂ ਕਿ ਜਿਹੜੀ ਮੈਂ ਮੀਡੀਅਮ ਲਿਆ ਹੋਇਆ ਫ੍ਰੀ ਸਪੇਸ ਆ. ਕਲੀਅਰ? ਸੋ ਇਨ ਫ੍ਰੀ ਸਪੇਸ ਜਿਹੜੀ ਮੇਰੇ ਕੋਲ ਐਨਰਜੀ ਡੈਂਸਿਟੀ ਆ ਆਫ ਸਟੈਟਿਕ ਇਲੈਕਟ੍ਰਿਕ ਫੀਲਡ, ਜਾਂ ਇਕੱਲੀ ਇਲੈਕਟ੍ਰਿਕ ਫੀਲਡ ਵੀ ਲਿਖ ਸਕਦੇ ਹੋ ਤੁਸੀਂ, ਇਲੈਕਟ੍ਰਿਕ ਫੀਲਡ will be, ਇਹਨੂੰ ਆਪਾਂ ਐਨਰਜੀ ਡੈਂਸਿਟੀ ਨੂੰ ਐਨਰਜੀ ਨੂੰ ਡਿਨੋਟ ਕਰਦੇ ਹਾਂ ਯੂ ਦੇ ਨਾਲ, ਐਂਡ ਇਲੈਕਟ੍ਰਿਕ ਫੀਲਡ ਦਾ ਕੇਸ ਲੈ ਰਹੀ ਹਾਂ ਤਾਂ ਮੈਂ ਇਹਦੇ ਪੈਰ 'ਚ ਕੀ ਪਾਤਾ, ਈ. ਕਲੀਅਰ? ਸੋ ਯੂ ਈ ਵਿਚ ਇਜ ਇਕੁਅਲਸ ਟੂ ਹਾਫ ਐਪਸਾਈਲਨ ਨੋਟ ਈ ਸਕੇਅਰ. ਕਿ ਮੈਂ ਕੀ ਲਿਆ ਕਿ ਜਿਹੜੀ ਐਨਰਜੀ ਡੈਂਸਿਟੀ ਆ ਇਨ ਕੇਸ ਆਫ ਐਨ ਇਲੈਕਟ੍ਰਿਕ ਫੀਲਡ ਵਿਚ ਇਜ਼ ਇਕੁਅਲਸ ਟੂ ਹਾਫ ਆਫ ਐਪਸਾਈਲਨ ਨੋਟ ਇਨ ਟੂ ਈ ਦੀ ਸਕੇਅਰ. ਇਹ ਵਾਲਾ ਐਕਸਪ੍ਰੈਸ਼ਨ ਬਣਿਆ ਕਿੱਦਾਂ? ਹੁਣ ਵੈਸੇ ਆਪਾਂ ਨੂੰ ਪਤਾ ਕਿ ਹੁਣ ਚਾਰਜ ਜਦੋਂ ਵੀ ਓਸੀਲੇਟ ਕਰਦੇ ਆ, ਜਦੋਂ ਓਸੀਲੇਟ ਕਰਨਗੇ ਤਾਂ ਹੀ ਆਪਣੇ ਕੋਲ ਵੇਵਸ ਜਿਹੜੀਆਂ ਪ੍ਰੋਡਿਊਸ ਹੋਣਗੀਆਂ. ਕਲੀਅਰ? ਇਲੈਕਟ੍ਰਿਕ ਫੀਲਡ ਵਿੱਚ ਓਸੀਲੇਸ਼ਨਸ ਤਾਂ ਹੀ ਹੋਣਗੀਆਂ, ਮੈਗਨੈਟਿਕ ਫੀਲਡ ਵਿੱਚ ਓਸੀਲੇਸ਼ਨਸ ਤਾਂ ਹੀ ਹੋਣਗੀਆਂ. ਹੁਣ ਜਦੋਂ ਓਸੀਲੇਟ ਕਰੂਗੇ ਚਾਰਜ, ਆਫਕੋਰਸ ਉਹਨਾਂ ਨਾਲ ਜਿਹੜੀ ਐਨਰਜੀ ਐਸੋਸੀਏਟ ਹੋਈ ਹੋਊਗੀ ਕਨੈਟਿਕ ਐਨਰਜੀ ਹੋ ਸਕਦੀ ਆ. ਕਲੀਅਰ? ਮੂਵਮੈਂਟ ਹੋਣੀ ਆ, ਦੈਟ ਮੀਨਸ ਕਨੈਟਿਕ ਐਨਰਜੀ ਐਸੋਸੀਏਟ ਹੋ ਸਕਦੀ ਆ. ਸੋ ਕਨੈਟਿਕ ਐਨਰਜੀ ਆਪਾਂ ਨੂੰ ਪਤਾ ਦੈਟ ਇਜ਼ ਹਾਫ ਐਮ ਬੀ ਸਕੇਅਰ. ਮਤਲਬ ਕਿ ਜਿਹੜੀ ਐਨਰਜੀ ਕਨੈਟਿਕ ਐਨਰਜੀ, ਦੇਖੋ ਕਾਇਨੈਟਿਕ ਐਨਰਜੀ ਸਿਰਫ ਕਿਸ ਚੀਜ਼ 'ਤੇ ਡਿਪੈਂਡ ਕਰਦੀ ਆ? ਵਿਲੋਸਿਟੀ 'ਤੇ, ਕਿ ਮਤਲਬ ਉਹਨਾਂ ਦੀ ਮੂਵਮੈਂਟ 'ਤੇ ਡਿਪੈਂਡ ਕਰਦੀ ਆ, ਹੈ ਨਾ? ਸੋ ਇਹਨੂੰ ਕਾਇਨੈਟਿਕ ਐਨਰਜੀ ਵੀ ਲਿਖ ਸਕਦੇ ਹਾਂ. ਸੋ ਜਿਹੜੀ ਸਿਰਫ ਕਿਤੇ ਡਿਪੈਂਡ ਕਰਦੀ ਆ? ਮੂਵਮੈਂਟ 'ਤੇ. ਸੋ ਦੈਟ ਮੀਨਸ ਆਹ ਸਾਰਾ ਫੈਕਟਰ ਕੀ ਹੁੰਦਾ ਵਾ ਆਪਣੇ ਕੋਲ? ਕੋਂਸਟੈਂਟ. ਆਹ ਇੰਨਾ ਫੈਕਟਰ ਆਪਣੇ ਕੋਲ ਕੋਂਸਟੈਂਟ, ਸਿਰਫ ਕਿਤੇ ਡਿਪੈਂਡ ਕਰਦੀ ਆ? ਵੀ 'ਤੇ. ਹੁਣ ਅਗੇਨ ਜਿਹੜੀ ਮੇਰੇ ਕੋਲ ਐਨਰਜੀ ਆ ਇਲੈਕਟ੍ਰਿਕ ਫੀਲਡ ਦੀ, ਮਤਲਬ ਐਨਰਜੀ ਡੈਂਸਿਟੀ ਆ ਇਨ ਕੇਸ ਆਫ ਐਨ ਇਲੈਕਟ੍ਰਿਕ ਫੀਲਡ, ਉਹ ਵੀ ਸਿਰਫ ਕਿਤੇ ਡਿਪੈਂਡ ਕਰੂਗੀ? ਇਲੈਕਟ੍ਰਿਕ ਫੀਲਡ 'ਤੇ ਡਿਪੈਂਡ ਕਰੂਗੀ. ਕਿ ਇਲੈਕਟ੍ਰਿਕ ਫੀਲਡ ਵਿੱਚ ਜਿੰਨੀ ਓਸੀਲੇਸ਼ਨ, ਮਤਲਬ ਇਲੈਕਟ੍ਰਿਕ ਫੀਲਡ ਦੇ ਜਿਹੜੀ ਐਨਰਜੀ ਆ ਉਹ ਕਿੰਨੀ ਸਟੋਰ ਕੀਤੀ ਹੋਈ ਹੈ, ਕਿੰਨੀ ਸ਼ੇਅਰ ਕੀਤੀ ਹੋਈ ਹੈ, ਉਹ 'ਤੇ ਡਿਪੈਂਡ ਕਰਦੀ ਐਨਰਜੀ ਡੈਂਸਿਟੀ ਆਫ ਐਨ ਇਲੈਕਟ੍ਰਿਕ ਫੀਲਡ. ਸੋ ਇਟ ਮੀਨਸ ਇੱਥੇ ਕੀ ਆਊਗੀ? ਇਹਦੀ ਸਕੇਅਰ, ਐਂਡ ਬਾਕੀ ਸਾਰੀ ਚੀਜ਼ ਕੀ ਆਪਾਂ ਲੈ ਲਈ? ਕੋਂਸਟੈਂਟ. 1/2 ਇੱਦਾਂ ਹੀ ਲੈ ਲਿਆ. ਇਸ ਕੇਸ ਵਿੱਚ ਆਪਾਂ ਮਾਸ ਕੋਈ ਓਬਜੈਕਟ ਦੀ ਲੈਂਦੇ ਹੁੰਦੇ ਹਾਂ ਨਾ, ਕੋਈ ਓਬਜੈਕਟ ਦੀ ਲੈਂਦੇ ਹਾਂ ਕਿ ਉਹ ਓਬਜੈਕਟ ਟਰੈਵਲ ਕਰ ਰਿਹਾ, ਉਹਦਾ ਮਾਸ ਹੋਊਗਾ, ਉਹ ਮਾਸ ਆਪਾਂ ਕੋਂਸਟੈਂਟ ਲੈਂਦੇ. ਬਟ ਇਸ ਕੇਸ ਦੇ ਵਿੱਚ ਮੈਂ ਲੈ ਰਹੀ ਹਾਂ ਪਰਮਿਟਿਵਿਟੀ, ਕਿ ਚਾਰਜ ਆ, ਕਿਉਂਕਿ ਚਾਰਜ ਓਸੀਲੇਟ ਕਰੂਗੇ ਤਾਂ ਦੈਟ ਮੀਨਸ ਇਨ ਫ੍ਰੀ ਸਪੇਸ ਦੇ ਵਿੱਚ ਉਹ ਕਿਤੇ, ਮਤਲਬ ਪਰਮਿਟਿਵਿਟੀ ਦਾ ਫੈਕਟਰ ਆ ਜਾਂਦਾ ਹੁੰਦਾ. ਇਲੈਕਟ੍ਰਿਕ ਫੀਲਡ ਦੇ ਕੇਸ ਵਿੱਚ ਆਪਾਂ ਪਰਮਿਟਿਵਿਟੀ ਨੂੰ ਇਨਵੋਲਵ ਕਰਦੇ ਹਾਂ. ਕਲੀਅਰ? ਸੋ ਮਾਸ ਜਗ੍ਹਾ ਮੈਂ ਕੀ ਲੈ ਲਿਆ? ਪਰਮਿਟਿਵਿਟੀ. ਔਰ ਵੀ ਦੀ ਜਗ੍ਹਾ ਹੁਣ ਮੇਰੀ ਇੱਥੇ ਡਿਪੈਂਡ ਕਿਤੇ ਕਰ ਰਹੀ ਹੈ? ਇਲੈਕਟ੍ਰਿਕ ਐਨਰਜੀ ਡੈਂਸਿਟੀ ਈ 'ਤੇ, ਦੈਟ ਮੀਨਸ ਈ ਦੀ ਸਕੇਅਰ. ਮਤਲਬ ਇਹ ਜਸਟ ਮੈਂ ਤੁਹਾਨੂੰ
ਇਹ ਤਾਂ ਦੱਸਿਆ ਤਾਂ ਕਿ ਤੁਹਾਨੂੰ ਇਹ ਜਸਟ ਹਲਕਾ ਜਿਹਾ ਹਿੰਟ ਹੋ ਜਾਵੇ ਕਿ ਆ ਇਹ ਵਾਲਾ ਐਕਸਪ੍ਰੈਸ਼ਨ ਕਿਸ ਫੋਰਮ ਦੇ ਵਿੱਚ ਆਪਾਂ ਲਿਖਿਆ। ਕਲੀਅਰ? ਲਰਨ ਕਰਨ ਦੇ ਵਿੱਚ ਥੋੜ੍ਹਾ ਜਿਹਾ ਸਮਝਣ ਦੇ ਵਿੱਚ ਥੋੜ੍ਹੀ ਆਸਾਨੀ ਹੋ ਜਾਵੇ। ਸੋ ਬੇਸਿਕਲੀ ਉੱਦਾਂ ਇਹਦੇ ਨਾਲ ਕੋਈ ਖਾਸ ਲਿੰਕ ਨਹੀਂ, ਇਹ ਜਸਟ ਮੈਂ ਸਮਝਾਉਣ ਨੂੰ ਵੀ ਜਿਵੇਂ ਆਪਾਂ ਓਬਜੈਕਟ ਦੇ ਕੇਸ ਵਿੱਚ ਇੱਦਾਂ ਐਨਰਜੀ ਲਿਖਦੇ ਹਾਂ, ਤਾਂ ਜਦੋਂ ਆਪਾਂ ਚਾਰਜ ਦਾ ਕੇਸ ਲੈਂਦੇ ਹਾਂ ਕਿ ਜਦੋਂ ਚਾਰਜ ਕੋਈ ਵੀ ਓਸੀਲੇਟ ਕਰਦਾ ਹੁੰਦਾ, ਉਸ ਕੇਸ ਦੇ ਵਿੱਚ ਜਿਹੜੀ ਆਪਾਂ ਐਨਰਜੀ ਆ ਇਸ ਫੋਰਮ ਦੇ ਵਿੱਚ ਲਿਖਦੇ ਹਾਂ। ਕਲੀਅਰ? ਇਲੈਕਟ੍ਰਿਕ ਫੀਲਡ ਆ, ਇਲੈਕਟ੍ਰਿਕ ਫੀਲਡ ਵਿੱਚ ਜਿਹੜੇ ਪਰਮਿਟਿਵਿਟੀ ਇਨਵੋਲਵ ਕਰਦੇ ਹਾਂ ਔਰ ਇਲੈਕਟ੍ਰਿਕ ਫੀਲਡ। ਕਲੀਅਰ? ਸੋ ਇਸ ਫੋਰਮ ਦੇ ਵਿੱਚ ਹੁੰਦੀ ਹੈ। ਸਿਮੀਲਰਲੀ ਹੁਣ ਆਪਾਂ ਨੂੰ ਪਤਾ ਕਿ ਜਿਹੜੀ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਆ ਦੋਨੇ ਇਹਦੇ ਨਾਲ ਐਸੋਸੀਏਟ ਹੋਈਆਂ ਹੋਈਆਂ, ਤਾਂ ਹੁਣ ਆਪਾਂ ਮੈਗਨੈਟਿਕ ਫੀਲਡ ਦੀ ਵੀ ਲਿਖਦੇ ਹਾਂ। ਸੋ ਇਨ ਫ੍ਰੀ ਸਪੇਸ ਜਿਹੜੀ ਮੇਰੇ ਕੋਲ ਐਨਰਜੀ ਡੈਂਸਿਟੀ ਆ ਆਫ ਮੈਗਨੈਟਿਕ ਫੀਲਡ ਇਜ ਜਾਂ ਵਿਲ ਬੀ, ਕਿ ਮੈਗਨੈਟਿਕ ਫੀਲਡ ਦੇ ਕੇਸ ਵਿੱਚ ਜਿਹੜੀ ਮੇਰੇ ਕੋਲ ਐਨਰਜੀ ਡੈਂਸਿਟੀ ਆ ਉਹ ਕਿਹਦੇ ਇਕੁਅਲ ਆਊਗੀ, ਉਹਨੂੰ ਮੈਂ ਡਿਨੋਟ ਕਰਤਾ ਯੂ ਬੀ ਦੇ ਨਾਲ। ਇਜ਼ ਇਕੁਅਲ ਟੂ ਹਾਫ ਤਾਂ ਉੱਦਾਂ ਹੀ ਆ ਗਿਆ, ਠੀਕ ਹੈ। ਇਸ ਕੇਸ ਦੇ ਵਿੱਚ ਜਿਹੜਾ ਮੇਰੇ ਕੋਲ ਇਹ ਕੋਂਸਟੈਂਟ ਫੈਕਟਰ ਜਿਹੜਾ ਮੈਂ ਲੈਣਾ ਉਹ ਲੈਣਾ ਮਿਊ ਨੋਟ, ਦੈਟ ਇਜ਼ ਇੱਦਾਂ। ਕਲੀਅਰ? ਸੋ ਮਤਲਬ ਕਿ ਜਦੋਂ ਮੈਗਨੈਟਿਕ ਫੀਲਡ ਦਾ ਆਪਾਂ ਕੇਸ ਲੈਂਦੇ ਹਾਂ ਉਹਦੇ ਵਿੱਚ ਜਿਹੜਾ ਫੈਕਟਰ ਇਨਵੋਲਵ ਕਰਦੇ ਦੈਟ ਇਜ਼ ਮਿਊ ਵਿਚ ਇਜ਼ ਅ ਪਰਮੀਏਬਿਲਿਟੀ। ਕਲੀਅਰ? ਕਿਉਂਕਿ ਮੈਗਨੈਟਿਕ ਫੀਲਡ ਆ ਉਹਦੇ ਵਿੱਚੋਂ ਕੀ ਆ, ਓਬਵੀਅਸ ਆ ਕਿ ਮੈਗਨੈਟਿਕ ਫਲਕਸ ਆ ਜਿਹੜੀ ਉਹ ਪਾਸ ਕਰੂਗੀ ਮੀਡੀਅਮ ਦੇ ਵਿੱਚੋਂ, ਤਾਂ ਦੈਟ ਮੀਨਸ ਇਹਦਾ ਜਿਹੜਾ ਫੈਕਟਰ ਇਨਵੋਲਵ ਹੁੰਦਾ ਦੈਟ ਇਜ਼ ਅ ਪਰਮੀਏਬਿਲਿਟੀ। ਕਲੀਅਰ? ਸੋ ਮਿਊ ਨੋਟ ਅਗੇਨ ਬੀ ਦੀ ਸਕੇਅਰ। ਕਲੀਅਰ ਹੋਇਆ? ਸੇਮ ਇਸੇ ਤਰ੍ਹਾਂ ਹੀ ਮੈਂ ਲਿਖਿਆ ਹਾਫ ਇੱਦਾਂ ਹੀ, ਇਹਦੇ ਵਿੱਚ ਜਿਹੜਾ ਫੈਕਟਰ ਇਨਵੋਲਵ ਹੋ ਰਿਹਾ ਦੈਟ ਇਜ਼ ਪਰਮਿਟਿਵਿਟੀ ਐਪਸਾਈਲਨ ਨੋਟ, ਉਹਦੇ ਵਿੱਚ ਜਿਹੜਾ ਫੈਕਟਰ ਇਨਵੋਲਵ ਹੁੰਦਾ ਹੁੰਦਾ ਪਰਮੀਏਬਿਲਿਟੀ ਕਿਸੇ ਵੀ ਮੀਡੀਅਮ ਦੀ ਪਰਮੀਏਬਿਲਿਟੀ 'ਤੇ ਡਿਪੈਂਡ ਕਰਦੀ ਕਿ ਉਹਦੇ ਵਿੱਚੋਂ ਕਿੰਨੀ ਕੁ ਮੈਗਨੈਟਿਕ ਫੀਲਡ ਪਾਸ ਕਰੂਗੀ, ਦੈਟ ਮੀਨਸ ਪਰਮੀਏਬਿਲਿਟੀ ਫੈਕਟਰ ਇਨਵੋਲਵ ਹੁੰਦਾ ਹੁੰਦਾ 1/μ₀, ਐਂਡ ਇਹਦੇ ਵਿੱਚ ਈ ਦੀ ਸਕੇਅਰ 'ਤੇ ਡਿਪੈਂਡ ਕਰਦੀ ਆ ਐਨਰਜੀ ਡੈਂਸਿਟੀ, ਉਸ ਕੇਸ ਵਿੱਚ ਬੀ ਦੀ ਸਕੇਅਰ 'ਤੇ ਡਿਪੈਂਡ ਕਰਦੀ ਹੈ। ਕਲੀਅਰ ਹੋਇਆ? ਸੋ ਜਿਹੜੀ ਮੇਰੇ ਕੋਲ ਟੋਟਲ ਜਿਹੜੀ ਐਨਰਜੀ ਡੈਂਸਿਟੀ ਆ ਜੂਗੀ ਉਹ ਕਿਹਦੇ ਇੱਕ ਕੋਲ ਆਊਗੀ, ਜਿਹਨੂੰ ਮੈਂ ਲਿਖ ਸਕਦੀ ਹਾਂ ਐਵਰੇਜ ਐਨਰਜੀ ਡੈਂਸਿਟੀ। ਸੋ ਟੋਟਲ ਹੁਣ ਈ ਐਮ ਵੇਵ ਆ ਉਹਦੇ ਵਿੱਚ ਇਲੈਕਟ੍ਰਿਕ ਅਤੇ ਮੈਗਨੈਟਿਕ ਦੋਨੇ ਮਿਕਸ ਨੇ, ਸੋ ਇਟ ਮੀਨਸ ਕਿ ਜਿਹੜੀ ਮੇਰੇ ਕੋਲ ਟੋਟਲ ਐਨਰਜੀ ਡੈਂਸਿਟੀ ਆਊਗੀ ਉਹਨੂੰ ਮੈਂ ਐਵਰੇਜ ਐਨਰਜੀ ਡੈਂਸਿਟੀ ਵੀ ਕਹਿ ਸਕਦੀ ਹਾਂ, ਬਿਕੋਜ਼ ਉਹ ਕੀ ਹੋਊਗੀ ਇਲੈਕਟ੍ਰਿਕ ਪਲੱਸ ਮੈਗਨੈਟਿਕ ਫੀਲਡ ਦਾ, ਮਤਲਬ ਦੋਨਾਂ ਦੀ ਸ਼ੇਅਰਿੰਗ ਕਰਕੇ ਜਿਹੜੀ ਐਨਰਜੀ ਡੈਂਸਿਟੀ ਪ੍ਰੋਡਿਊਸ ਹੋ ਰਹੀ ਸੀ, ਦੈਟ ਮੀਨਸ ਆਪਾਂ ਐਵਰੇਜ ਲਿਖ ਸਕਦੇ ਹਾਂ। ਸੋ ਐਵਰੇਜ ਐਨਰਜੀ ਡੈਂਸਿਟੀ ਇਸ ਕੀ ਆ ਯੂ, ਉਹਨੂੰ ਮੈਂ ਡਿਨੋਟ ਕਰ ਲੈਂਦੀ ਹਾਂ ਯੂ ਦੇ ਨਾਲ, ਵਿਚ ਇਜ਼ ਇਕੁਅਲ ਟੂ ਯੂ ਈ ਪਲੱਸ ਯੂ ਬੀ। ਕਲੀਅਰ? ਉਹਨੂੰ ਮੈਂ ਡਿਨੋਟ ਕਰ ਲਿਆ ਯੂ, ਯੂ ਈ ਪਲੱਸ ਯੂ ਬੀ। ਜਿਹੜਾ ਇਹ ਯੂ ਨੇ ਨਾ ਇਹ ਸਮਾਲ ਨੇ, ਯੂ ਕੈਪੀਟਲ ਨਹੀਂ ਪਾਏ ਹੋਏ, ਸਮਾਲ ਯੂ ਪਾਏ ਹੋਏ ਆ। ਕਲੀਅਰ? ਸੋ ਇੱਥੇ ਵੀ ਸਮਾਲ ਯੂ ਪਾ ਲਓ। ਸੋ ਯੂ ਈ ਦੀ ਵੈਲਿਊ ਪੁੱਟ ਕਰੋ, ਦੈਟ ਇਜ਼ ਹਾਫ ਐਪਸਾਈਲਨ ਨੋਟ ਈ ਦੀ ਸਕੇਅਰ ਪਲੱਸ ਯੂ ਬੀ ਦੀ ਵੈਲਿਊ ਪੁੱਟ ਕਰੋ, ਦੈਟ ਇਜ਼ ਹਾਫ ਮਿਊ ਨੋਟ ਬੀ ਦੀ ਸਕੇਅਰ। ਕਲੀਅਰ? ਇੱਥੇ ਇੱਕ ਹੋਰ ਕੰਸੈਪਟ ਹੁਣ ਆ ਰਿਹਾ, ਕੀ ਕਹਿ ਰਹੇ ਆ ਕਿ ਕਹਿੰਦੇ ਕਿ ਆਪਾਂ ਨੂੰ ਇਹ ਪਤਾ ਕਿ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਉਹ ਸਾਈਨੋਸੋਇਡਲੀ ਵੇਰੀ ਕਰਦੀਆਂ ਨੇ ਵਿਦ ਟਾਈਮ ਦੇ ਨਾਲ,
ਸੋ ਇਟ ਮੀਨਸ ਸਾਈਨੋਸੋਇਡਲੀ ਵੇਰੀ ਕਰਦੇ ਨੇ, ਤਾਂ ਇਹਦੇ ਕਾਰਨ ਕੀ ਹੈ ਕਿ ਜਿਹੜੀ ਐਵਰੇਜ ਐਨਰਜੀ ਡੈਂਸਿਟੀ ਆ ਉਹ ਆਪਾਂ ਕੰਪਲੀਟ ਉਦੋਂ ਹੀ ਫਾਈਂਡ ਆਊਟ ਕਰ ਸਕਦੇ ਹਾਂ ਜੇ ਆਪਾਂ ਈ ਅਤੇ ਬੀ ਇਹਨਾਂ ਦੋਨਾਂ ਨੂੰ ਰਿਪਲੇਸ ਕਰ ਦਈਏ ਉਹਨਾਂ ਦੀ ਆਰ ਐਮ ਐਸ ਵੈਲਿਊ ਦੇ ਨਾਲ। ਕਲੀਅਰ? ਆਪਾਂ ਜਦੋਂ ਵੀ ਪਿੱਛੇ ਜਿਹੜਾ ਆਪਾਂ ਪਿਛਲਾ ਯੂਨਿਟ ਕੀਤਾ ਉਹਦੇ ਵਿੱਚ ਅਲਟਰਨੇਟਿੰਗ ਕਰੰਟ ਵਾਲਾ, ਉਹਦੇ ਵਿੱਚ ਵੀ ਆਪਾਂ ਦੇਖਦੇ ਸੀਗੇ ਕਿ ਕਰੰਟ ਆ ਜਾਂ ਈ ਐਮ ਐਫ ਆ ਉਹ ਕੀ ਵੇਰੀ ਕਰਦੇ ਆ, ਸਾਈਨੋਸੋਇਡਲੀ ਵੇਰੀ ਕਰਦੇ ਆ, ਤਾਂ ਉਹਨਾਂ ਦੀ ਜਿਹੜੀ ਵੈਲਿਊ ਆਪਾਂ ਕੰਸੀਡਰ ਕਰਦੇ ਸੀ ਉਹ ਆਪਾਂ ਆਰ ਐਮ ਐਸ ਵੈਲਿਊ ਕੰਸੀਡਰ ਕਰਦੇ ਸੀ। ਕਲੀਅਰ? ਸੋ ਇੱਥੇ ਵੀ ਜੇ ਆਪਾਂ ਇਹ ਕਹਿ ਰਹੇ ਹਾਂ ਕਿ ਜਿਹੜੀਆਂ ਈ ਐਮ ਵੇਵਸ ਨੇ ਉਹ ਆਪਣੇ ਕੋਲ ਸਾਈਨੋਸੋਇਡਲੀ ਵੇਰੀ ਕਰਦੀਆਂ ਨੇ ਵਿਦ ਟਾਈਮ ਦੇ ਨਾਲ, ਸੋ ਇਟ ਮੀਨਸ ਕਿ ਕੰਪਲੀਟ ਐਵਰੇਜ ਐਨਰਜੀ ਡੈਂਸਿਟੀ ਆਪਾਂ ਉਦੋਂ ਹੀ ਫਾਈਂਡ ਆਊਟ ਕਰ ਸਕਦੇ ਹਾਂ ਜੇ ਆਪਾਂ ਈ ਦੇ ਬੀ ਨੂੰ ਰਿਪਲੇਸ ਕਰਾਂਗੇ ਉਹਨਾਂ ਦੀ ਆਰ ਐਮ ਐਸ ਵੈਲਿਊ ਦੇ ਨਾਲ। ਕਲੀਅਰ? ਸੋ ਨਾ ਉਹ ਸੋ ਇੱਥੇ ਆਪਾਂ ਰੀਜ਼ਨ ਲਿਖ ਸਕਦੇ ਹਾਂ ਨਾਲ, ਬਿਕੋਜ਼ ਈ ਐਮ ਵੇਵਸ ਵੇਰੀ ਸਾਈਨੋਸੋਇਡਲੀ ਵਿਦ ਟਾਈਮ ਟੀ, ਟਾਈਮ ਨੰਬਰ ਟੀ ਲੈ ਲਿਆ, ਸੋ ਐਵਰੇਜ ਡੈਂਸਿਟੀ ਵਿਲ ਫਾਈਂਡ ਇਫ, ਸੋ ਜੇ ਐਵਰੇਜ ਡੈਂਸਿਟੀ ਤਾਂ ਹੀ ਫਾਈਂਡ ਹੋਊਗੀ ਇਫ ਈ ਐਂਡ ਬੀ ਆਰ ਰਿਪਲੇਸਡ ਬਾਏ ਈ ਆਰ ਐਮ ਐਸ ਐਂਡ ਬੀ ਆਰ ਐਮ ਐਸ। ਕਲੀਅਰ ਹੋਇਆ? ਸੋ ਇਹਨੂੰ ਕੋਈ ਵੀ ਨਾਮ ਦੇ ਦਿਓ ਇਕੁਏਸ਼ਨ ਨੂੰ, ਇਕੁਏਸ਼ਨ ਵਨ। ਸੋ ਨਾਓ ਇਕੁਏਸ਼ਨ ਵਨ ਬਿਕਮਸ ਕੀ ਬਣ ਗਈ ਆਪਣੇ ਕੋਲ ਇਕੁਏਸ਼ਨ ਵਨ, ਯੂ ਵਿਚ ਇਜ ਇਕੁਅਲ ਟੂ 1/2 ਐਪਸਾਈਲਨ ਨੋਟ ਈ ਸਕੇਅਰ ਆਰ ਐਮ ਐਸ ਪਲੱਸ 1/2 ਮਿਊ ਨੋਟ ਬੀ ਸਕੇਅਰ ਆਰ ਐਮ ਐਸ। ਕਲੀਅਰ? ਮੈਂ ਸਿੰਪਲੀ ਈ ਅਤੇ ਬੀ ਨੂੰ ਚੇਂਜ ਕਰਤਾ ਉਹਨਾਂ ਦੀਆਂ ਆਰ ਐਮ ਐਸ ਵੈਲਿਊ ਨਾਲ, ਈ ਆਰ ਐਮ ਐਸ ਉੱਥੇ ਬੀ ਆਰ ਐਮ ਐਸ। ਕਲੀਅਰ? ਸੋ ਅਗੇਨ ਆਪਾਂ ਹੁਣ ਆਪਾਂ ਨੂੰ ਪਤਾ ਕਿ ਜਿਹੜੀ ਈ ਆਰ ਐਮ ਐਸ ਆ ਉਹ ਕਿਹਦੇ ਇਕੁਅਲ ਹੁੰਦੀ ਆ, ਈ ਨੋਟ ਬਾਏ ਰੂਟ 2 ਐਂਡ ਬੀ ਆਰ ਐਮ ਐਸ ਕਿਹਦੇ ਇਕੁਅਲ ਹੁੰਦੀ ਆ, ਦੈਟ ਇਜ਼ ਬੀ ਨੋਟ ਬਾਏ ਰੂਟ 2। ਇਹ ਤਾਂ ਆਪਾਂ ਨੂੰ ਪਤਾ ਹੀ ਨਾ ਇਹਨਾਂ ਦੀ ਆਰ ਐਮ ਐਸ ਦੀਆਂ ਵੈਲਿਊਜ਼। ਕਲੀਅਰ? ਸੋ ਇੱਥੇ ਆਪਾਂ ਇਹਨਾਂ ਦੀ ਵੈਲਿਊਜ਼ ਪੁੱਟ ਕਰ ਦਿੰਦੇ ਹਾਂ। ਸੋ ਆਵਲੀ ਕੁਐਸਚਨ ਕਿਸ ਫੋਰਮ ਦੇ ਵਿੱਚ ਬਣ ਗਈ, ਯੂ ਵਿਚ ਇਜ਼ ਇਕੁਅਲ ਟੂ 1/2 ਐਪਸਾਈਲਨ ਨੋਟ, ਈ ਆਰ ਐਮ ਐਸ ਦੀ ਵੈਲਿਊ ਈ ਨੋਟ ਬਾਏ ਰੂਟ 2 ਆ, ਇੱਥੇ ਸਕੇਅਰ ਆ, ਜਦੋਂ ਸਕੇਅਰ ਕਰਾਂਗੇ ਇੱਧਰ ਇਹਦੀ ਵੀ ਸਕੇਅਰ ਆ ਜਾਓ ਔਰ ਇਹਦਾ ਅੰਡਰ ਰੂਟ ਕੀ ਹੋ ਜਾਊਗਾ, ਸਕੇਅਰ ਨਾਲ ਅੰਡਰ ਰੂਟ ਕੈਂਸਲ ਹੋ ਗਿਆ। ਸਿਮਿਲਰਲੀ ਇਹਦੀ ਸਕੇਅਰ ਕਰਾਂਗੇ ਇੱਥੇ ਸਕੇਅਰ, ਜਦੋਂ ਆਪਾਂ ਇਹਦੀ ਸਕੇਅਰ ਕਰਾਂਗੇ ਸਕੇਅਰ ਨਾਲ ਅੰਡਰ ਰੂਟ ਕੈਂਸਲ, ਸੋ ਦਿਸ ਮੀਨਸ ਇਹ ਕੀ ਬਚ ਗਿਆ, ਇਕੱਲਾ 2। ਕਲੀਅਰ? ਸੋ ਈ ਸਕੇਅਰ ਆਰ ਐਮ ਐਸ ਦੀ ਵੈਲਿਊ ਈ ਨੋਟ ਬਾਏ ਰੂਟ 2, ਸਿਮਿਲਰ ਉੱਧਰ ਇੱਥੇ ਵੈਲਿਊਜ਼ ਪੁੱਟ ਕਰ ਦਿਓ, ਈ ਨੋਟ ਸਕੇਅਰ ਬਾਏ 2 ਪਲੱਸ 1/2 ਮਿਊ ਨੋਟ ਬੀ ਨੋਟ ਦੀ ਸਕੇਅਰ ਬਾਏ 2। ਕਲੀਅਰ? ਸੋ ਆਵਲਾ 2 ਅਤੇ ਆਵਲਾ 2 ਜਿਹੜੇ ਮਲਟੀਪਲਾਈ ਹੋ ਗਏ, ਸੋ ਦੈਟ ਮੀਨਸ ਆਪਣੇ ਕੋਲ ਜਿਹੜੀ ਓਵਰਆਲ ਇਕੁਏਸ਼ਨ ਬਣ ਗਈ ਉਹ ਕਿਸ ਫੋਰਮ 'ਚ ਬਣ ਗਈ, ਯੂ ਵਿਚ ਇਜ਼ ਇਕੁਅਲਸ ਟੂ 1/4 ਸਾਈਲਨ ਨੋਟ ਈ ਨੋਟ ਦੀ ਸਕੇਅਰ ਪਲੱਸ
1/4 μ0 b0² ਇੱਦਾਂ ਕਲੀਅਰ 1/4 μ0 b0 ਦੀ ਸਕੇਅਰ ਐਂਡ 1/4 ਐਪਸਾਈਲਨ 0 e0 ਦੀ ਸਕੇਅਰ ਕਲੀਅਰ ਸੋ ਇਹਨੂੰ ਨਾਮ ਦੇ ਰਹੇ ਕੁਐਸਚਨ ਨੰਬਰ 2 ਕਲੀਅਰ ਸੋ ਹੁਣ ਆਪਾਂ ਇਹ ਡਿਸਕਸ ਕਰਦੇ ਹਾਂ ਆਪਾਂ ਨੂੰ ਇਹ ਵੀ ਪਤਾ ਇਹਨਾਂ ਦੇ ਮੈਗਨੀਟਿਊਡ ਆ ਜਿਹੜੇ ਉਹ ਕਿਹਦੇ ਇਕੁਅਲ ਹੁੰਦੇ ਆ ਵੀ ਨੋ ਦੈਟ e0 b0 ਇਜ਼ ਇਕੁਅਲ ਟੂ c ਇਹਨਾਂ ਤਾਂ ਆਪਾਂ ਨੂੰ ਪਤਾ ਹੀ ਆ ਕਿ e0 b0 ਕੀ ਹੁੰਦਾ ਇਜ਼ ਇਕੁਅਲ ਟੂ c ਦੇ ਦੋਨਾਂ ਦੇ ਮੈਗਨੀਟਿਊਡ ਦੀ ਰੇਸ਼ੋ ਸੋ ਮਤਲਬ ਜੇ ਮੈਂ ਇੱਥੋਂ e0 ਦੀ ਵੈਲਿਊ ਕੱਢਣੀ ਹੋਵੇ ਦੈਟ ਇਜ਼ ਇਕੁਅਲ ਟੂ c ਟਾਈਮਸ ਆਫ b0 ਇਹ ਹੋ ਗਈ ਔਰ ਜਿਹੜੇ c ਆ ਇਹ ਆਪਾਂ ਨੂੰ ਆਪਾਂ ਡਿਸਕਸ ਕੀਤਾ ਸੀਗਾ ਕਿ ਜਿਹੜੀ ਸਪੀਡ ਆ EMF ਦੀ ਉਹ ਕਿਹਦੇ ਇਕੁਅਲ ਹੁੰਦੀ ਆ c ਕਿਹਦੇ ਇਕੁਅਲ ਹੁੰਦਾ 1/√ μ0 ਅਪਸਾਈਲਨ 0 ਇਹੀ ਚੀਜ਼ ਹੁੰਦੀ ਹੈ ਠੀਕ ਹੈ ਸੋ ਆਪਾਂ ਕੀ ਕਰਦੇ ਹਾਂ ਹੁਣ ਆਪਾਂ ਇਹ ਦੇਖਦੇ ਹਾਂ ਆਹ ਵਾਲਾ ਜਿਹੜਾ ਫੈਕਟਰ ਆ ਮੇਰੇ ਕੋਲ ਇਹ ਕਿਹਦਾ ਵਾ ਇਲੈਕਟ੍ਰਿਕ ਫੀਲਡ ਦਾ ਔਰ ਇਹ ਵਾਲਾ ਫੈਕਟਰ ਕਿਹੜਾ ਵਾ ਮੈਗਨੈਟਿਕ ਫੀਲਡ ਦਾ ਸੋ ਹੁਣ ਆਪਾਂ ਪਹਿਲਾਂ ਇਲੈਕਟ੍ਰਿਕ ਫੀਲਡ ਦਾ ਫੈਕਟਰ ਦੇਖਦੇ ਹਾਂ ਕਿ ਉਹਦੀ ਵੈਲਿਊ ਕਿੰਨੀ ਹੈ ਮਤਲਬ ਇਹਨਾਂ ਦੋਨਾਂ ਦੀ ਅਲੱਗ-ਅਲੱਗ ਵੈਲਿਊ ਸੋਲਵ ਕਰ ਲੈਂਦੇ ਹਾਂ ਠੀਕ ਹੈ ਸੋ ਇਹਦੀ ਮੈਂ ਇਕੱਲੀ ਸਿਰਫ ਇਲੈਕਟ੍ਰਿਕ ਫੀਲਡ ਵਾਲੇ ਫੈਕਟਰ ਦੀ ਵੈਲਿਊ ਫਾਈਂਡ ਆਊਟ ਕਰਦੀ ਹਾਂ ਕਿ ਉਹ ਕਿੰਨੀ ਆਉਂਦੀ ਹੈ ਮੇਰੇ ਕੋਲ ਸਭ ਤੋਂ ਪਹਿਲਾਂ ਪਾ ਲੈਂਦੇ ਹਾਂ ਸੋ ਫਸਟਲੀ ਵੀ ਕੰਸੀਡਰ UE ਕੰਸੀਡਰ ਕਰ ਲੈਂਦੇ ਹਾਂ ਸਿਰਫ ਆਪਾਂ ਕਲੀਅਰ ਕਿ ਇਹਦੀ ਮੈਂ ਵੈਲਿਊ ਦੇਖਣੀ ਹੈ ਕਿ ਕਿੰਨੀ ਆਉਂਦੀ ਹੈ ਠੀਕ ਸੋ UE ਵਿਚ ਇਜ਼ ਇਕੁਅਲਸ ਟੂ ਕਿੰਨਾ ਮੇਰੇ ਕੋਲ 1/4 ਸਾਈਲਨ 0 e0 ਦੀ ਸਕੇਅਰ e0 ਦੀ ਵੈਲਿਊ ਮੈਂ ਹੁਣੇ ਫਾਈਂਡ ਆਊਟ ਕੀਤੀ ਹੈ ਦੈਟ ਇਜ਼ ਮੈਨੂੰ ਮਤਲਬ ਪਤਾ ਆ ਸੀ b0 ਉਹ ਵੈਲਿਊ ਆਪਾਂ ਇੱਥੇ ਪੁੱਟ ਕਰ ਦਿੰਦੇ ਹਾਂ ਸੋ ਮੇਰੇ ਕੋਲ ਆ ਇਕੁਏਸ਼ਨ ਕੀ ਬਣ ਗਈ 1/4 ਸਾਈਲਨ 0 ਇਹ ਵੈਲਿਊ ਪੁੱਟ ਕੀਤੀ ਹੁਣ ਇੱਥੇ ਕੀ ਆ e0 ਦੀ ਸਕੇਅਰ ਦੈਟ ਮੀਨਸ ਇਹ ਵੀ ਪੂਰੇ ਫੈਕਟਰ ਦੀ ਕੀ ਹੋ ਜੂਗੀ ਸਕੇਅਰ ਸੋ ਮੇਰੇ ਕੋਲ ਆ ਗਿਆ c ਸਕੇਅਰ b0 ਦੀ ਸਕੇਅਰ ਕਲੀਅਰ ਹੁਣ ਮੈਨੂੰ c ਦੀ ਵੈਲਿਊ ਪਤਾ 1/√ μ0 ਅਪਸਾਈਲਨ ਉਹ ਵੈਲਿਊ ਇੱਥੇ ਪੁੱਟ ਕਰ ਦਿੰਦੇ ਆ ਅਗੇਨ ਇਹ c ਦੀ ਵੈਲਿਊ ਆ ਜਦੋਂ ਸਕੇਅਰ ਚ ਪੁੱਟ ਕਰਾਂਗੇ √ ਹਟ ਜੂਗਾ ਸੋ ਦੈਟ ਮੀਨਸ ਜਿਹੜੀ ਮੇਰੇ ਕੋਲ UE ਦੀ ਵੈਲਿਊ ਆ ਉਹ ਕਿੰਨੀ ਬਚ ਗਈ 1/4 ਸਾਈਲਨ 0 1/μ0 ਸਾਈਲਨ 0 ਇਨਟੂ b0 ਦੀ ਸਕੇਅਰ ਕਲੀਅਰ c ਦੀ ਜਗ੍ਹਾ ਤੇ ਮੈਂ ਉਹਦੀ ਵੈਲਿਊ ਪੁੱਟ ਕਰਤੀ ਬਾਕੀ ਸਾਰੀ ਚੀਜ਼ ਸੇਮ ਕਲੀਅਰ ਸੋ ਹੁਣ ਆ ਵਾਲੇ ਸਾਈਲਨ 0 ਦੇ ਨਾਲ ਸਾਈਲਨ 0 ਕੀ ਹੋ ਗਿਆ ਕੈਨਸਲ ਸੋ ਮੇਰੇ ਕੋਲ ਇਕੁਏਸ਼ਨ ਕੀ ਬਚੀ 1/4 ਨੀਚੇ ਕੀ ਬਚ ਗਿਆ μ0 ਐਂਡ b0 ਦੀ ਸਕੇਅਰ ਕਲੀਅਰ ਸੋ ਮੇਰੇ ਕੋਲ ਕੀ ਬਚਿਆ 1/4 μ0 ਇਨਟੂ b0 ਦੀ ਸਕੇਅਰ ਇਹ ਚੀਜ਼ ਬਚੀ ਸੋ ਹੁਣ ਜਿਵੇਂ ਧਿਆਨ ਨਾਲ ਦੇਖਾਂ ਕਿ ਮੇਰੇ ਕੋਲ ਇਹ ਇਹ ਵਾਲੀ ਸਾਰੀ ਚੀਜ਼ ਕਿਹਦੇ ਇਕੁਅਲ ਹੁੰਦੀ ਹੈ ਮੈਗਨੈਟਿਕ ਫੀਲਡ ਦੀ ਐਨਰਜੀ ਡੈਂਸਿਟੀ ਦੇ ਇਕੁਅਲ ਸੋ ਦੇਖੋ ਮੇਰੇ ਕੋਲ ਮੈਗਨੈਟਿਕ ਫੀਲਡ ਦੀ ਜਿਹੜੀ ਐਨਰਜੀ ਡੈਂਸਿਟੀ ਉਹ ਕਿੰਨੀ ਹੈ 1/4 μ0 b0 ਸਕੇਅਰ ਦੇ ਇਕੁਅਲ ਸੋ ਮੇਰੇ ਕੋਲ ਉਨੀ ਹੀ ਇਕੁਅਲ ਦੈਟ ਮੀਨਸ ਜਿਹੜੀ ਮੇਰੇ ਕੋਲ UE ਦੀ ਵੈਲਿਊ ਆ ਉਹ ਇਕੁਅਲ ਟੂ IUB ਦੇ ਕਲੀਅਰ ਸੋ ਮੈਂ ਇਹ ਫਾਈਂਡ ਆਊਟ ਕੀਤਾ ਕਿ ਜਦੋਂ ਮੈਂ UE ਦੀ ਵੈਲਿਊ ਫਾਈਂਡ ਆਊਟ ਕਰੀ ਸੀ ਉਹ ਕਿਹਦੇ ਇਕੁਅਲ ਆ ਗਈ UB ਦੇ ਸੋ ਇਟ ਮੀਨਸ ਮੈਂ ਆਹ ਵਾਲੀ ਜਿਹੜੀ ਸੈਕਿੰਡ ਇਕੁਏਸ਼ਨ ਆ ਉਹਦੇ ਵਿੱਚ UB ਦੀ ਜਗ੍ਹਾ ਤੇ ਕੀ ਪੁੱਟ ਕਰ ਸਕਦੀ ਆ UE ਐਂਡ UE ਦੀ ਜਗ੍ਹਾ ਤੇ ਕੀ ਪੁੱਟ ਕਰ ਸਕਦੀ ਆ UB ਮਤਲਬ ਜਿੱਦਾਂ ਮਰਜ਼ੀ ਦੋਨੇ ਕਿਨੇ ਆਪਸ ਵਿੱਚ ਇਕੁਅਲ ਸੋ ਹੁਣ ਮੈਂ ਜੇ ਆਹ ਵਾਲੀ ਕੱਢਣੀ ਹੋਵੇ
ਟੋਟਲ ਜਿਹੜੀ ਐਵਰੇਜ ਐਨਰਜੀ ਡੈਂਸਿਟੀ ਆ ਇਨ ਟਰਮਸ ਆਫ ਇਲੈਕਟ੍ਰਿਕ ਫੀਲਡ ਦੀ ਟਰਮਸ ਵਿੱਚ ਕੱਢਣੀ ਆ, ਤਾਂ ਮੈਂ ਇਲੈਕਟ੍ਰਿਕ ਫੀਲਡ ਦੀ ਮਤਲਬ ਜਿਹੜੀ ਮੈਗਨੈਟਿਕ ਫੀਲਡ ਵਾ ਉਹਦੀ ਵੈਲਿਊ ਪੁੱਟ ਕਰ ਲੈਂਦੇ ਹਾਂ, ਇਲੈਕਟ੍ਰਿਕ ਫੀਲਡ ਦੀ ਵੈਲਿਊ ਦਾ ਇਕੁਅਲ ਆ, ਜੇ ਮੈਗਨੈਟਿਕ ਫੀਲਡ 'ਚ ਕੱਢਣੀ ਆ ਤਾਂ ਉਹਦਾ ਵਾਈਸ ਵਰਸਾ, ਕਲੀਅਰ? ਸੋ ਐਵਰੇਜ ਐਨਰਜੀ ਡੈਂਸਿਟੀ ਵਿਲ ਬੀ ਕਿਹਦੇ ਇਕੁਅਲ ਆ ਗਈ, ਮਤਲਬ ਬ੍ਰੈਕਟ 'ਚ ਲਿਖ ਸਕਦੇ ਹੋ ਫਰੋਮ ਇਕੁਏਸ਼ਨ 2, ਇਕੁਏਸ਼ਨ 2 ਦੇ ਵਿੱਚ ਮੈਨੂੰ ਪਤਾ ਕਿ ਜਿਹੜੀ ਮੇਰੀ ਇਲੈਕਟ੍ਰਿਕ ਫੀਲਡ ਦੀ ਐਨਰਜੀ ਡੈਂਸਿਟੀ ਐਗਜੈਕਟ ਇਕੁਅਲ ਆ ਮੈਗਨੈਟਿਕ ਫੀਲਡ ਦੀ ਐਨਰਜੀ ਡੈਂਸਿਟੀ ਦੇ, ਸੋ ਮੈਂ ਕੀ ਕਰਦੀ ਹਾਂ ਜਿਹੜੀ ਆ ਮੈਗਨੈਟਿਕ ਫੀਲਡ ਦੀ ਐਨਰਜੀ ਡੈਂਸਿਟੀ ਆ ਇਹਦੀ ਜਗ੍ਹਾ 'ਤੇ ਕੀ ਆਪਾਂ ਪੁੱਟ ਕਰ ਲੈਂਦੇ ਹਾਂ ਇਲੈਕਟ੍ਰਿਕ ਫੀਲਡ ਦੀ, ਇੱਥੇ ਇਹ ਵੀ ਲਿਖ ਸਕਦੇ ਹਾਂ ਨਾਲ ਪਹਿਲਾਂ ਇਨ ਫੋਰਮ ਆਫ ਜਾਂ ਇਨ ਇਲੈਕਟ੍ਰਿਕ ਫੀਲਡ, ਕਿਉਂਕਿ ਹੁਣ ਜੇ ਮੈਂ ਇਲੈਕਟ੍ਰਿਕ ਫੀਲਡ ਦੀ ਟਰਮ 'ਚ ਵੈਲਿਊ ਪੁੱਟ ਕਰਨੀ ਆ ਤਾਂ ਮਤਲਬ ਮੈਂ ਮੈਗਨੈਟਿਕ ਦੀ ਜਗ੍ਹਾ ਇਲੈਕਟ੍ਰਿਕ ਫੀਲਡ ਵੀ ਲਿਖ ਸਕਦੀ, ਤਾਂ ਮੇਰੇ ਕੋਲ ਜਿਹੜੀ ਸੈਕਿੰਡ ਇਕੁਏਸ਼ਨ ਆ ਕੀ ਬਣ ਗਈ 1/4 ਸਾਈਲਨ ਨੋਟ ਈ ਨੋਟ ਦੀ ਸਕੇਅਰ ਉੱਦਾਂ ਹੀ, ਪਲੱਸ ਆਹ ਵਾਲੀ ਪੂਰੀ ਇਕੁਏਸ਼ਨ ਆ ਜਿਹੜੀ ਮੈਂ ਇਹ ਕਿਹਦੇ ਇਕੁਅਲ ਆ, ਮਤਲਬ ਆਹ ਵਾਲੀ ਇਕੁਏਸ਼ਨ ਕਿਹਦੇ ਇਕੁਅਲ ਆਈ, ਯੂ ਈ ਦੇ, ਆਹੀ ਵਾਲੀ ਇਕੁਏਸ਼ਨ ਦੇ ਇਕੁਅਲ ਆਈ ਨਾ, ਮਤਲਬ ਆਹ ਵਾਲੀ ਪੂਰੀ ਇਕੁਏਸ਼ਨ ਕਿਹਦੇ ਇਕੁਅਲ ਆਈ, ਦੈਟ ਇਜ਼ ਯੂ ਈ, ਔਰ ਮੇਰੀ ਯੂ ਈ ਦੀ ਇਕੁਏਸ਼ਨ ਕੀ ਆ, ਦੈਟ ਇਜ਼ ਆਹ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਆਹ ਵਾਲੀ ਇਕੁਏਸ਼ਨ, ਕਲੀਅਰ? ਸੋ ਮਤਲਬ ਮੈਂ ਯੂ ਬੀ ਦੀ ਜਗ੍ਹਾ ਤੇ ਵੀ ਕੀ ਲਿਖ ਸਕਦੀ ਹਾਂ, ਸੇਮ ਹੀ ਇਕੁਏਸ਼ਨ, ਕਲੀਅਰ? ਸੋ ਇਹਨਾਂ ਦਾ ਜਦੋਂ ਮੈਂ ਐਲਸੀਅਮ ਲਿਆ ਤਾਂ ਦੈਟ ਮੀਨਸ ਮੇਰੇ ਕੋਲ 1/4 + 1/4 ਦੈਟ ਇਜ਼ 1/2 ਈ ਨੋਟ ਐਪਸਾਈਲਨ ਨੋਟ ਈ ਨੋਟ ਦੀ ਸਕੇਅਰ, ਕਲੀਅਰ? ਜਾਂ ਫਿਰ ਮੈਂ ਈ ਨੋਟ ਨੂੰ ਜੇ ਮੈਂ ਮਤਲਬ ਈ ਆਰ ਐਮ ਐਸ ਦੀ ਫੋਰਮ ਦੇ ਵਿੱਚ ਲਿਖਣਾ ਹੋਵੇ ਤਾਂ ਇਹ ਮੇਰੇ ਕੋਲ ਕਿੰਨਾ ਆ ਜਾਊਗਾ, ਈ ਨੋਟ, ਹੁਣ ਆਪਾਂ ਨੂੰ ਪਤਾ ਈ ਨੋਟ ਸਕੇਅਰ ਬਾਏ 2 ਕਿਹਦੇ ਇਕੁਅਲ ਸੀ, ਦੈਟ ਇਜ਼ ਈ ਸਕੇਅਰ ਆਰ ਐਮ ਐਸ, ਸੋ ਮੇਰੇ ਕੋਲ ਜਿਹੜੀ ਐਨਰਜੀ ਡੈਂਸਿਟੀ ਆ ਜੇ ਮੈਂ ਇਲੈਕਟ੍ਰਿਕ ਫੀਲਡ ਦੀ ਫੋਰਮ 'ਚ ਕੱਢਣੀ ਆ ਉਹ ਕਿੰਨੀ ਆ ਗਈ, 1/2 ਐਪਸਾਈਲਨ ਨੋਟ ਈ ਨੋਟ ਦੀ ਸਕੇਅਰ ਜਾਂ ਈ ਨੋਟ ਈ ਸਕੇਅਰ ਆਰ ਐਮ ਐਸ, ਔਰ ਜੇ ਮੈਂ ਸਿਮੀਲਰਲੀ ਇਨ ਮੈਗਨੈਟਿਕ ਫੀਲਡ ਦੇ ਵਿੱਚ ਜਿਹੜੀ ਮੇਰੇ ਕੋਲ ਐਨਰਜੀ ਡੈਂਸਿਟੀ ਉਹ ਕੀ ਆ ਜਾਊਗੀ, ਯੂ ਵਿਚ ਇਜ਼ ਇਕੁਅਲਸ ਟੂ, ਹੁਣ ਮੈਗਨੈਟਿਕ ਫੀਲਡ ਦੀ ਟਰਮਸ ਵਿੱਚ ਕੱਢਣੀ ਆ ਤਾਂ ਮੈਗਨੈਟਿਕ ਫੀਲਡ ਵਾਲਾ ਫੈਕਟਰ ਤਾਂ ਉੱਦਾਂ ਹੀ ਰਹਿਣ ਦਿਓ, ਸੋ ਜਿਹੜੀ ਇਲੈਕਟ੍ਰਿਕ ਫੀਲਡ ਆ ਉਹ ਇਕੁਅਲ ਹੀ ਆ ਨਾ ਮੈਗਨੈਟਿਕ ਫੀਲਡ ਦੇ, ਯੂ ਈ ਇਜ਼ ਇਕੁਅਲਸ ਟੂ ਯੂ ਵੀ, ਮਤਲਬ ਇਲੈਕਟ੍ਰਿਕ ਫੀਲਡ ਦੀ ਜਗ੍ਹਾ 'ਤੇ ਵੀ ਆਪਾਂ ਯੂ ਵੀ ਲਿਖ ਸਕਦੇ ਹਾਂ, ਯੂ ਈ ਨੂੰ ਰਿਪਲੇਸ ਕਰਤਾ ਯੂ ਬੀ ਦੇ ਨਾਲ, ਸੋ ਦੈਟ ਮੀਨਸ ਯੂ ਬੀ ਕਿੰਨੀ ਹੈ, 1/4 ਮਿਊ ਨੋਟ ਬੀ ਨੋਟ ਦੀ ਸਕੇਅਰ ਵਿਚ ਇਜ਼ ਇਕੁਅਲ ਸੋਰੀ ਪਲੱਸ 1/4 ਮਿਊ ਨੋਟ ਬੀ ਨੋਟ ਦੀ ਸਕੇਅਰ, ਕਲੀਅਰ? ਜਦੋਂ ਮੈਂ ਇਲੈਕਟ੍ਰਿਕ ਫੀਲਡ ਦੀ ਟਰਮ ਵਿੱਚ ਕੱਢਣੀ ਆ ਤਾਂ ਮਤਲਬ ਮੈਂ ਮੈਗਨੈਟਿਕ ਫੀਲਡ ਵਾਲੀ ਨੂੰ ਇਲੈਕਟ੍ਰਿਕ ਫੀਲਡ ਦੀ ਟਰਮ ਵਿੱਚ ਲਿਖ ਲਿਆ, ਕਿਉਂਕਿ ਮੈਨੂੰ ਪਤਾ ਦੋਨੇ ਕੀ ਆਪਸ ਵਿੱਚ ਇਕੁਅਲ, ਜਦੋਂ ਮੈਂ ਮੈਗਨੈਟਿਕ ਫੀਲਡ ਦੀ ਟਰਮ ਵਿੱਚ ਕੱਢਣੀ ਆ ਤਾਂ ਮਤਲਬ ਮੈਨੂੰ ਬੀ ਦੀ ਫੋਰਮ 'ਚ ਚਾਹੀਦੀ ਆ, ਤਾਂ ਮੈਂ ਜਿਹੜੀ ਈ ਆ ਦੈਟ ਇਜ਼ ਇਲੈਕਟ੍ਰਿਕ ਫੀਲਡ ਉਹਨੂੰ ਚੇਂਜ ਕਰ ਲਿਆ ਮੈਗਨੈਟਿਕ ਫੀਲਡ ਦੇ ਵਿੱਚ, ਕਿਉਂਕਿ ਮੈਨੂੰ ਪਤਾ ਦੋਨੋਂ ਕਿਨੇ ਇਕੁਅਲ, ਸੋ ਆਹ ਚੀਜ਼ ਆ ਗਈ, ਅਗੇਨ ਇਹ ਕਿੰਨਾ ਆ ਗਿਆ 1/2 ਮਿਊ ਨੋਟ ਬੀ ਨੋਟ ਦੀ ਸਕੇਅਰ, ਅਗੇਨ ਬੀ ਨੋਟ ਸਕੇਅਰ ਡਿਵਾਈਡਡ ਬਾਈ 2, ਇਹ ਆਪਾਂ ਨੂੰ ਪਤਾ ਕੀ ਹੁੰਦਾ, ਦੈਟ ਇਜ਼ ਬੀ ਸਕੇਅਰ ਆਰ ਐਮ ਐਸ, ਸੋ ਮੇਰੇ ਕੋਲ ਇਹ ਕਿਹਦੇ ਇਕੁਅਲ ਆ ਗਈ, ਬੀ ਸਕੇਅਰ ਆਰ ਐਮ ਐਸ ਡਿਵਾਈਡਡ ਬਾਈ ਮਿਊ ਨੋਟ, ਕਲੀਅਰ? ਸੋ ਇਹ ਹੋ ਗਿਆ ਮੇਰੇ ਕੋਲ ਇਨ ਕੇਸ ਆਫ ਮੈਗਨੈਟਿਕ ਫੀਲਡ,
ਸੋ ਇਹ ਹੈਗਾ ਆਪਣੇ ਕੋਲ ਐਨਰਜੀ ਡੈਂਸਿਟੀ ਦਾ ਕਨਸੈਪਟ ਇਨ ਕੇਸ ਆਫ ਐਨ ਇਲੈਕਟ੍ਰਿਕ ਫੀਲਡ ਔਰ ਇਨ ਕੇਸ ਆਫ ਐਨ ਮੈਗਨੈਟਿਕ ਫੀਲਡ। ਸੋ ਨਾਓ ਹੁਣ ਆਪਾਂ ਡਿਸਕਸ ਕਰਦੇ ਹਾਂ ਇੰਟੈਂਸਿਟੀ ਆਫ ਈ ਐਮ ਵੇਵ, ਮਤਲਬ ਆਪਾਂ ਇਹ ਦੇਖਦੇ ਹਾਂ ਈ ਐਮ ਵੇਵ ਦੀ ਇੰਟੈਂਸਿਟੀ ਕਿੰਨੀ ਕੁ। ਕਲੀਅਰ? ਬੇਸਿਕਲੀ ਇੰਟੈਂਸਿਟੀ ਹੁੰਦੀ ਕੀ ਆ ਕਿ ਜਿਹੜੀ ਐਨਰਜੀ ਕ੍ਰੋਸ ਕਰੇ ਪਰ ਯੂਨਿਟ ਏਰੀਆ ਪਰ ਯੂਨਿਟ ਟਾਈਮ, ਮਤਲਬ ਕਿ ਇਹਦੇ ਵਿੱਚ ਜਦੋਂ ਆਪਾਂ ਇੰਟੈਂਸਿਟੀ ਦੇਖਦੇ ਹਾਂ ਵੇਵ ਦੀ ਤਾਂ ਉੱਥੇ ਆਪਾਂ ਐਨਰਜੀ ਕੰਸੀਡਰ ਕਰਦੇ ਹਾਂ ਪਰ ਯੂਨਿਟ ਏਰੀਆ ਐਂਡ ਪਰ ਯੂਨਿਟ ਟਾਈਮ, ਮਤਲਬ ਯੂਨਿਟ ਟਾਈਮ ਦੇ ਵਿੱਚ ਐਂਡ ਯੂਨਿਟ ਏਰੀਆ ਦੇ ਵਿੱਚ ਜਿਹੜੀ ਐਨਰਜੀ ਆ ਉਹ ਕਿੰਨੀ ਕ੍ਰੋਸ ਹੋਈ। ਕਲੀਅਰ? ਸੋ ਜੇ ਮੈਂ ਇਹਦੀ ਡਿਫਾਈਨ ਲਿਖਣੀ ਹੋਵੇ ਤਾਂ ਮੈਂ ਇਹਦੀ ਆਪਾਂ ਡਿਫਾਈਨ ਕਿੱਦਾਂ ਲਿਖਾਂਗੇ, ਇੰਟੈਂਸਿਟੀ ਆਫ ਈ ਐਮ ਵੇਵ ਇਜ the energy crosses per unit area per unit time। ਠੀਕ ਹੈ, ਜਿਹੜੀ ਐਨਰਜੀ ਕ੍ਰੋਸ ਕਰੂਗੀ ਪਰ ਯੂਨਿਟ ਏਰੀਆ ਐਂਡ ਪਰ ਯੂਨਿਟ ਟਾਈਮ ਇਨ ਦ ਡਾਇਰੈਕਸ਼ਨ ਪਰਪੈਂਡੀਕੂਲਰ ਟੂ ਦਾ ਡਾਇਰੈਕਸ਼ਨ ਆਫ ਪਰਪੈਂਡੀਕੂਲਰ ਟੂ ਦਾ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਆਫ ਵੇਵ। ਕਲੀਅਰ? ਸੋ ਇੰਟੈਂਸਿਟੀ ਆਫ ਐਨ ਈ ਐਮ ਵੇਵ ਇਜ਼ ਦਾ ਐਨਰਜੀ, ਉਹ ਐਨਰਜੀ ਜਿਹੜੀ ਕ੍ਰੋਸ ਹੁੰਦੀ ਪਰ ਯੂਨਿਟ ਏਰੀਆ ਪਰ ਯੂਨਿਟ ਟਾਈਮ ਇਨ ਦਾ ਡਾਇਰੈਕਸ਼ਨ, ਉਸ ਡਾਇਰੈਕਸ਼ਨ ਦੇ ਜਿਹੜੀ ਪਰਪੈਂਡੀਕੁਲਰ ਟੂ ਦਾ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਆਫ ਵੇਵ। ਕਲੀਅਰ? ਇਹਦਾ ਹੁਣ ਆਪਾਂ ਮੈਥਮੈਟੀਕਲੀ ਫਾਈਂਡ ਆਊਟ ਕਰਦੇ ਹਾਂ। ਉਹਦੇ ਲਈ ਆਪਾਂ ਕੀ ਕਰਦੇ ਹਾਂ, ਮੈਂ ਇੱਕ ਸਿਲੰਡਰ ਕੰਸੀਡਰ ਕਰ ਲਿਆ, ਮਤਲਬ ਇੱਕ ਮੀਡੀਅਮ ਕੰਸੀਡਰ ਕਰ ਲਿਆ। ਕਲੀਅਰ? ਸਪੋਜ਼ ਜਾਂ ਲੈਟ ਅਸ ਕੰਸੀਡਰ ਸਿਲੰਡਰ, ਠੀਕ ਹੈ, ਸਿਲੰਡਰ ਬਣਾ ਲੈਂਦੇ ਹਾਂ ਆਪਾਂ। ਕਲੀਅਰ? ਆ ਇੱਕ ਸਿਲੰਡਰ ਕੰਸੀਡਰ ਕਰ ਰਿਹਾ, ਇਹਦੇ ਵਿੱਚ ਦੇਖ ਰਹੀ ਹਾਂ ਮੈਂ ਈ ਐਮ ਵੇਵਸ ਦੀ ਜਿਹੜੀ ਹੈ ਪ੍ਰੋਪੇਗੇਸ਼ਨ। ਕਲੀਅਰ? ਸੋ ਮੰਨ ਲਓ ਆਪਾਂ ਨੂੰ ਪਤਾ ਕਿ ਜਿਹੜੀਆਂ ਈ ਐਮ ਵੇਵਸ ਆ ਅਲੋਂਗ ਐਕਸ ਐਕਸਿਸ ਟਰੈਵਲ ਕਰਦੀਆਂ, ਠੀਕ ਹੈ। ਸੋ ਮੰਨ ਲੈਂਦੇ ਹਾਂ ਕਿ ਜਿਹੜੀ ਈ ਐਮ ਵੇਵਸ ਆ ਇੱਧਰ ਨੂੰ ਮੂਵ ਕਰਨਗੀਆਂ, ਕਿਹੜੀ ਵੈਲੋਸਿਟੀ ਨਾਲ ਮੂਵ ਕਰਨਗੀਆਂ, ਮਤਲਬ ਸਪੀਡ ਦੇ ਨਾਲ, ਦੈਟ ਇਜ਼ ਸੀ, ਐਂਡ ਦਿਸ ਇਜ਼ ਦਾ ਏਰੀਆ ਵਾ ਆਪਣੇ ਕੋਲ, ਠੀਕ ਹੈ, ਸਿਲੰਡਰ ਦਾ ਕਹਿ ਲਓ ਏਰੀਆ। ਹੁਣ ਸਪੋਜ਼ ਐਂਡ ਸਿਲੰਡਰ ਹੈਵਿੰਗ ਏਰੀਆ ਏ ਏਰੀਆ ਏ ਐਂਡ ਜਿਹੜੀਆਂ ਵੇਵਸ ਆ ਪ੍ਰੋਪੇਗੇਟ ਅਲੋਂਗ ਐਕਸ ਐਕਸਿਸ, ਕਿ ਜਿਹੜੀਆਂ ਵੇਵਸ ਆ ਉਹ ਪ੍ਰੋਪੇਗੇਟ ਕਰ ਰਹੀਆਂ ਨੇ ਕਿਸ ਡਾਇਰੈਕਸ਼ਨ ਦੇ ਵਿੱਚ, ਅਲੋਂਗ ਐਕਸ ਐਕਸਿਸ ਦੇ ਵਿੱਚ। ਹੁਣ ਜਿਹੜੀ ਐਨਰਜੀ ਇਸ ਸਿਲੰਡਰ ਦੇ ਵਿੱਚ ਕੰਟੇਨਡ ਹੋਈ ਹੋਊਗੀ ਉਹ ਕਿਹਦੇ ਇਕੁਅਲ ਆ? ਬੇਸਿਕਲੀ ਜਿਹੜੀ ਐਨਰਜੀ ਕੰਟੇਨਡ ਹੋਈ ਹੋਊਗੀ, ਮਤਲਬ ਇਲੈਕਟ੍ਰਿਕ ਐਂਡ ਜਿਹੜੀ ਮੈਗਨੈਟਿਕ ਫੀਲਡ ਦੋਨੇ ਇਕੁਅਲ ਸ਼ੇਅਰ ਕਰਨਗੀਆਂ ਐਨਰਜੀ ਨੂੰ। ਕਲੀਅਰ? ਸੋ ਜਿਹੜੀ ਐਨਰਜੀ ਆਪਾਂ ਦੇਖਦੇ ਹਾਂ ਹੁਣ, ਨਾਓ ਐਨਰਜੀ ਕੰਟੇਨਡ ਇਨ ਆ ਸਿਲੰਡਰ
ਆਪਾਂ એનર્ਜੀ ਦੇਖਦੇ ਹਾਂ ਕਿੰਨੀ ਕੰਟੇਨਟ ਹੋਈ ਹੈ ਸਿਲੰਡਰ ਦੇ ਵਿੱਚ, ਉਹਨੂੰ ਮੈਂ ਮੰਨ ਲੈਂਦੀ ਹਾਂ ਯੂ ਦੇ ਨਾਲ। ਯੂ ਵਿਚ ਇਜ਼ ਇਕੁਅਲਸ ਟੂ, ਉਹ ਕਿਤੇ ਡਿਪੈਂਡ ਕਰਦੀ ਹੈ, ਜਿਹੜੀ એનર્ਜੀ ਆ ਉਹ ਕੰਟੇਨਡ ਕੀਤੀ ਹੋਈ ਆ, ਮਤਲਬ ਜਿਹੜੀ ਇਕੁਅਲ ਸ਼ੇਅਰ ਕੀਤੀ ਜਾਂਦੀ ਹੈ ਬਾਈ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਦੇ ਦੁਆਰਾ। ਕਲੀਅਰ? ਸੋ ਮਤਲਬ ਜਿਹੜੀ એનર્ਜੀ ਆ ਸਿਲੰਡਰ ਦੇ ਵਿੱਚ, ਇੱਕ ਤਾਂ ਹੋਊਗੀ ਉਹ ਐਵਰੇਜ એનર્ਜੀ ਡੈਂਸਿਟੀ ਦੇ, ਜਿਹੜਾ ਆਪਾਂ ਹੁਣੇ ਟੋਪਿਕ ਕਰਕੇ ਹਟੇ ਆ ਨਾ, ਐਵਰੇਜ એનર્ਜੀ ਡੈਂਸਿਟੀ, ਠੀਕ ਹੈ। ਕਿਉਂਕਿ ਆਪਾਂ ਕਹਿੰਦੇ ਹਾਂ ਕਿ ਜਿਹੜੀ ਟੋਟਲ એનર્ਜੀ ਆ, ਮਤਲਬ ਉਹ ਐਵਰੇਜ એનર્ਜੀ ਡੈਂਸਿਟੀ ਹੁੰਦੀ ਹੈ ਜਿਹੜੀ ਕਿ ਇਕੁਅਲ ਸ਼ੇਅਰ ਕੀਤੀ ਜਾਂਦੀ ਬਾਈ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ। ਸੋ ਟੋਟਲ એનર્ਜੀ ਇਜ਼ ਇਕੁਅਲ ਟੂ ਐਵਰੇਜ એનર્ਜੀ ਡੈਂਸਿਟੀ ਮਲਟੀਪਲਾਈ ਵੋਲਿਊਮ। ਵੋਲਿਊਮ ਮਤਲਬ ਪਰ ਯੂਨਿਟ ਵੋਲਿਊਮ ਦੇ ਵਿੱਚ, ਮਤਲਬ ਆਪਾਂ ਨਾਲ ਉਹਦਾ ਇੱਕ ਸਪੇਸ ਦਾ ਕੁਝ ਪਾਰਟ ਕੰਸੀਡਰ ਕਰ ਰਹੇ ਹਾਂ, ਠੀਕ ਹੈ। ਮਤਲਬ ਉਹਦਾ ਪੂਰਾ ਵੋਲਿਊਮ ਤਾਂ ਲੈ ਰਹੇ ਹਾਂ, ਮਤਲਬ ਜਿਹੜੀ એનર્ਜੀ ਆ ਉਹ ਆਪਾਂ ਸਿਲੰਡਰ ਦੇ ਵਿੱਚ ਦੇਖ ਰਹੇ, ਤਾਂ ਨਾਲ ਐਵਰੇਜ એનર્ਜੀ ਡੈਂਸਿਟੀ ਮਲਟੀਪਲਾਈ ਸਿਲੰਡਰ ਦਾ ਵੋਲਿਊਮ। ਕਲੀਅਰ ਹੋਇਆ? ਸੋ ਹੁਣ ਜਿਹੜੀ ਐਵਰੇਜ એનર્ਜੀ ਡੈਂਸਿਟੀ ਆ ਉਹਨੂੰ ਮੈਂ ਡਿਨੋਟ ਕੀਤਾ ਹੋਇਆ ਸੀ ਯੂ ਦੇ ਨਾਲ, ਸਮਾਲ ਯੂ ਹੁਣੇ ਆਪਾਂ ਕਰਕੇ ਹਟਿਆ ਪਿੱਛੇ। ਐਂਡ ਵੋਲਿਊਮ, ਵੋਲਿਊਮ ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ? ਏਰੀਆ ਮਲਟੀਪਲਾਈ ਲੈਂਥ ਲਿਖੀ ਸਕਦੇ ਹਾਂ। ਏਰੀਆ ਇਜ਼ ਆਲਸੋ ਲੈਂਥ ਇਨ ਟੂ ਬ੍ਰੈਥ, ਔਰ ਇੱਕ ਅਨਦਰ ਸਾਈਡ ਆ ਗਈ ਇਹਨੂੰ, ਚਾਹੇ ਏਰੀਆ ਨੂੰ ਤੁਸੀਂ ਮੰਨ ਲਓ ਬ੍ਰੈਥ ਇਨ ਟੂ ਹਾਈਟ, ਦੈਟ ਇਜ਼ ਲੈਂਥ, ਪਈਏ ਤਾਂ ਐਲ ਬੀ ਐਚ ਹੋ ਗਿਆ ਆਪਣੇ ਕੋਲ ਵੋਲਿਊਮ। ਮਤਲਬ ਆਪਾਂ ਵੋਲਿਊਮ ਲਿਖ ਸਕਦੇ ਹਾਂ ਏ ਇਨ ਟੂ ਐਲ। ਹੁਣ ਜਿਹੜਾ ਐਲ ਵਾ, ਐਲ ਦੀ ਵੈਲਿਊ ਕਿੰਨੀ ਆ ਆਪਣੇ ਕੋਲ? ਐਲ ਮਤਲਬ ਕਿ ਲੈਂਥ ਵਾ ਜਿਹੜੀ ਇਸ ਕੰਡਕਟਰ ਦੀ, ਸਿਲੰਡਰ ਦੀ, ਠੀਕ ਹੈ। ਇਹਦੀ ਜਿਹੜੀ ਲੈਂਥ ਵਾ ਆ ਚੀਜ਼, ਠੀਕ ਹੈ, ਇਹਨੂੰ ਮੈਂ ਲਿਖ ਲੈਂਦੀ ਹਾਂ ਸੀ ਡੈਲਟਾ ਟੀ। ਲੈਂਥ ਨੂੰ ਮੈਂ ਲਿਖ ਲਿਆ ਸੀ ਡੈਲਟਾ ਟੀ। ਸੀ ਡੈਲਟਾ ਟੀ ਕਿਵੇਂ ਆਇਆ? ਜਿਹੜੀ ਲੈਂਥ ਵਾ ਮੇਰੇ ਕੋਲ ਉਹ ਡਿਪੈਂਡ ਕਰਦੀ ਹੈ ਈ ਐਮ ਵੇਵਸ ਦੀ ਪ੍ਰੋਪੇਗੇਸ਼ਨ 'ਤੇ ਨਾ, ਜਿਹੜੀਆਂ ਈ ਐਮ ਵੇਵਸ ਨੇ ਉਹਨਾਂ ਨੇ ਪ੍ਰੋਪੇਗੇਟ ਕਰਨਾ ਇੱਦਾਂ। ਕਲੀਅਰ? ਮਤਲਬ ਕਿ ਜਿਹੜੀਆਂ ਈ ਐਮ ਵੇਵਸ ਨੇ ਉਹ ਕਿਤੇ ਡਿਪੈਂਡ ਕਰਦੀਆਂ ਨੇ? ਇੱਕ ਤਰ੍ਹਾਂ ਦੀ ਲੈਂਥ ਨੂੰ ਮੈਂ ਕੀ ਕਹਿ ਸਕਦੀ ਹਾਂ? ਡਿਸਪਲੇਸਮੈਂਟ, ਕਿ ਜਿੰਨੀਆਂ ਮਤਲਬ ਈ ਐਮ ਵੇਵ ਵਿੱਚ ਡਿਸਪਲੇਸਮੈਂਟ ਹੋਊਗੀ ਉਨੀ ਹੀ ਜ਼ਿਆਦਾ ਲੈਂਥ ਹੋਊਗੀ। ਮਤਲਬ ਜਿਹੜੀ ਲੈਂਥ ਵਾ ਉਹ ਕਿਤੇ ਡਿਪੈਂਡ, ਕਿਹਦੇ ਨਾਲ, ਮਤਲਬ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਜਿਹੜੀ ਲੈਂਥ ਆ ਇਕੁਅਲ ਟੂ ਡਿਸਪਲੇਸਮੈਂਟ ਹੀ ਤਾਂ ਹੋਈ, ਕਿ ਜਿੰਨੀ ਮਤਲਬ ਪਾਰਟੀਕਲਸ ਨੇ ਮੂਵ ਕੀਤਾ, ਚਾਰਜ ਨੇ ਜਿੰਨਾ ਓਸੀਲੇਟ ਕੀਤਾ, ਉਨੀ ਹੀ ਡਿਸਪਲੇਸਮੈਂਟ ਹੋਈ, ਹੈ ਨਾ। ਸੋ ਮਤਲਬ ਕਿ ਮੰਨ ਲਓ ਮੈਂ ਮੰਨ ਲੈਂਦੀ ਹਾਂ ਡਿਸਪਲੇਸ, ਲੈਂਥ ਨੂੰ ਮੰਨ ਲੈਂਦੀ ਹਾਂ ਇਕੁਅਲ ਟੂ ਡਿਸਪਲੇਸਮੈਂਟ ਐਕਸ ਦੇ, ਔਰ ਮੈਨੂੰ ਪਤਾ ਡਿਸਪਲੇਸਮੈਂਟ ਕਿਹਦੇ ਇਕੁਅਲ ਹੁੰਦਾ? ਵਿਲੋਸਟੀ ਮਲਟੀਪਲਾਈ ਟਾਈਮ, ਇਹੀ ਹੁੰਦਾ, ਠੀਕ ਹੈ। ਵਿਲੋਸਟੀ ਮਲਟੀਪਲਾਈ ਟਾਈਮ ਹੀ ਤਾਂ ਹੁੰਦਾ ਡਿਸਪਲੇਸਮੈਂਟ। ਸੋ ਵਿਲੋਸਟੀ ਨੂੰ ਮੈਂ ਮੰਨ ਲਿਆ ਇੱਥੇ ਸੀ, ਔਰ ਜਿਹੜਾ ਟਾਈਮ ਲੈ ਰਹੇ ਹੋ ਆਪਾਂ ਸਮਾਲ ਟਾਈਮ ਲੈ ਰਹੇ ਹਾਂ, ਦੈਟ ਇਜ਼ ਟੀ। ਸੋ ਮੇਰੇ ਕੋਲ ਐਲ ਦੀ ਵੈਲਿਊ ਆ ਗਈ ਸੀ ਡੈਲਟਾ ਟੀ। ਕਲੀਅਰ ਹੋਇਆ? ਕਿ ਲੈਂਥ ਵਾ ਜਿਹੜੀ ਉਹ ਇੱਕ ਤਰ੍ਹਾਂ ਨਾਲ ਡਿਸਪਲੇਸਮੈਂਟ ਹੀ ਹੈ, ਚਾਰਜ ਪਾਰਟੀਕਲ ਦੀ ਡਿਸਪਲੇਸਮੈਂਟ ਹੀ ਹੋ ਰਹੀ ਹੈ ਜਦੋਂ ਓਸੀਲੇਟ ਕਰਦੇ ਆ। ਸੋ ਮਤਲਬ ਕਿ ਵਿਲੋਸਟੀ ਮਲਟੀਪਲਾਈ ਟਾਈਮ, ਟਾਈਮ ਮੈਂ ਲੈ ਰਹੀ ਹਾਂ ਸਮਾਲ ਟਾਈਮ ਕੰਸਿਡਰ ਕੀਤਾ, ਡੈਲਟਾ ਟੀ। ਸੋ ਐਲ ਦੀ ਵੈਲਿਊ ਕਿੰਨੀ ਆ ਗਈ ਇੱਥੇ ਆਪਾਂ ਪੁੱਟ ਕਰ ਸਕਦੇ ਹਾਂ? ਦੈਟ ਇਜ਼ ਯੂ ਏ ਇੰਟੂ ਸੀ ਡੈਲਟਾ ਟੀ। ਕਲੀਅਰ? ਇਹ ਮੇਰੇ ਕੋਲ ਆ ਗਈ એનર્ਜੀ ਦੀ ਵੈਲਿਊ। ਹੁਣ ਆਪਾਂ ਨੂੰ ਪਤਾ ਕਿ ਜਿਹੜੀ ਇੰਟੈਂਸਿਟੀ ਆ ਉਹ ਕਿਹਦੇ ਇਕੁਅਲ ਹੁੰਦੀ ਆ? ਜਿਹੜੀ ਇੰਟੈਂਸਿਟੀ ਆ ਹੁਣੇ ਆਪਾਂ ਡਿਫਾਈਨ ਕੀਤੀ ਸੀ ਕਿ ਪਰ એનર્ਜੀ ਜਿਹੜੀ ਕ੍ਰੋਸ ਕਰਦੀ ਆ ਪਰ ਯੂਨਿਟ ਏਰੀਆ ਪਰ ਯੂਨਿਟ ਟਾਈਮ, ਠੀਕ ਹੈ। ਸੋ ਮਤਲਬ ਕਿ ਜਿਹੜੀ ਇੰਟੈਂਸਿਟੀ ਆ ਮੈਂ ਉਹਨੂੰ ਕਿੱਦਾਂ ਲਿਖ ਸਕਦੀ ਹਾਂ? ਵਿਚ ਇਜ਼ ਇਕੁਅਲਸ ਟੂ એનર્ਜੀ ਪਰ ਯੂਨਿਟ ਏਰੀਆ ਐਂਡ ਪਰ ਯੂਨਿਟ ਟਾਈਮ। ਕਲੀਅਰ? ਸੋ ਇੰਟੈਂਸਿਟੀ ਦਾ ਮੇਰੇ ਕੋਲ ਜਿਹੜਾ ਮੈਥਮੈਟੀਕਲ ਫਾਰਮੂਲਾ ਇਹ ਬਣਿਆ, એનર્ਜੀ ਪਰ ਯੂਨਿਟ ਏਰੀਆ ਪਰ ਯੂਨਿਟ ਟਾਈਮ। એનર્ਜੀ ਨੂੰ ਡਿਨੋਟ ਕਰਦੇ ਹਾਂ ਆਪਾਂ
ਯੂ ਦੇ ਨਾਲ ਕਲੀਅਰ ਏਰੀਆ ਦੈਟ ਇਜ਼ ਏ ਐਂਡ ਏਰੀਆ ਪਰ ਯੂਨਿਟ ਟਾਈਮ ਮਤਲਬ ਟਾਈਮ ਨੂੰ ਦੈਟ ਇਜ਼ ਪੀ ਠੀਕ ਸੋ ਮੇਰੇ ਕੋਲ ਆਈ ਦੀ ਵੈਲਿਊ ਕਿਹਦੇ ਕੋਲ ਆ ਗਈ ਯੂ ਬਾਏ ਏ ਇੰਟੂ ਡੈਲਟਾ ਟੀ ਇੰਟੈਂਸਿਟੀ ਦਾ ਫਾਰਮੂਲਾ ਏ ਐਨਰਜੀ ਬਾਏ ਏਰੀਆ ਇੱਥੇ ਸੋਰੀ ਮਲਟੀਪਲਾਈ ਹੋਣਾ ਏਰੀਆ ਮਲਟੀਪਲਾਈ ਟਾਈਮ ਦੈਟ ਇਜ਼ ਪਰ ਐਨਰਜੀ ਜਿਹੜੀ ਕ੍ਰੋਸ ਕਰਦੀ ਆ ਪਰ ਯੂਨਿਟ ਏਰੀਆ ਪਰ ਯੂਨਿਟ ਟਾਈਮ ਠੀਕ ਹੈ ਮਤਲਬ ਇਹਨਾਂ ਟਾਈਮ ਆ ਐਨਰਜੀ ਦੇ ਨਾਲ ਪਰ ਯੂਨਿਟ ਦੇ ਵਿੱਚ ਹੁੰਦਾ ਨਾ ਕਿ ਏਰੀਆ ਦੇ ਨਾਲ ਕਲੀਅਰ ਸੋ ਇਸ ਕਰਕੇ ਇੱਥੇ ਸਲੈਸ਼ ਨਹੀਂ ਆਉਣੀ ਇੱਥੇ ਮਲਟੀਪਲਾਈ ਆਉਣਾ ਹੈ ਕਿ ਐਨਰਜੀ ਪਰ ਯੂਨਿਟ ਏਰੀਆ ਪਰ ਯੂਨਿਟ ਟਾਈਮ ਕਲੀਅਰ ਤੋ ਏ ਡੈਲਟਾ ਟੀ ਆ ਗਿਆ ਸੋ ਇਹ ਜਿਹੜੀ ਯੂ ਬਾਏ ਏ ਡੈਲਟਾ ਟੀ ਦੀ ਵੈਲਿਊ ਆਪਾਂ ਇੱਥੇ ਪੁੱਟ ਕਰਦੇ ਹਾਂ ਸੋ ਆਵਲੀ ਜਿਹੜੀ ਯੂ ਦੀ ਵੈਲਿਊ ਫਾਈਂਡ ਆਊਟ ਕੀਤੀ ਹੋਈ ਆ ਉਹ ਆਪਾਂ ਇੱਥੇ ਪੁੱਟ ਕਰਦੇ ਹਾਂ ਸੋ ਇੱਥੇ ਜਦੋਂ ਮੈਂ ਯੂ ਦੀ ਵੈਲਿਊ ਪੁੱਟ ਕੀਤੀ ਇੱਥੇ ਤੋ ਯੂ ਦੀ ਵੈਲਿਊ ਲਿਖ ਲਓ ਪੁੱਟ ਵੈਲਿਊ ਆਫ ਯੂ ਫਰੋਮ ਅਬਵ ਇਕੁਏਸ਼ਨ ਠੀਕ ਹੈ ਆਹ ਵਾਲੀ ਇਕੁਏਸ਼ਨ ਤੋਂ ਮੈਂ ਯੂ ਦੀ ਵੈਲਿਊ ਇੱਥੇ ਪੁੱਟ ਕੀਤੀ ਆਹ ਵਾਲੇ ਰਿਲੇਸ਼ਨ ਦੇ ਵਿੱਚ ਤੋ ਮੇਰੇ ਕੋਲ ਇੰਟੈਂਸਿਟੀ ਦੀ ਵੈਲਿਊ ਕਿੰਨੀ ਆ ਗਈ ਦੈਟ ਇਜ਼ ਯੂ ਦੀ ਵੈਲਿਊ ਪੁੱਟ ਕੀਤੀ ਯੂ ਏ ਸੀ ਡੈਲਟਾ ਟੀ ਡਿਵਾਈਡਿਡ ਬਾਏ ਏ ਡੈਲਟਾ ਟੀ ਏ ਨਾਲ ਏ ਕੈਂਸਲ ਡੈਲਟਾ ਟੀ ਦੇ ਨਾਲ ਡੈਲਟਾ ਟੀ ਕੈਂਸਲ ਸੋ ਮੇਰੇ ਕੋਲ ਕੀ ਬਚੀ ਯੂ ਸੀ ਸੋ ਦੈਟ ਮੀਨਸ ਕਿ ਜਿਹੜੀ ਮੇਰੇ ਕੋਲ ਇੰਟੈਂਸਿਟੀ ਦੀ ਵੈਲਿਊ ਬਚ ਗਈ ਉਹ ਕੀ ਆਈ ਯੂ ਇੰਟੂ ਸੀ ਅਗੇਨ ਜਿਵੇਂ ਆਪਾਂ ਐਵਰੇਜ ਐਨਰਜੀ ਡੈਂਸਿਟੀ ਦੇਖੀ ਸੀ ਇਨ ਕੇਸ ਆਫ ਐਨ ਇਲੈਕਟ੍ਰਿਕ ਫੀਲਡ ਔਰ ਇਨ ਕੇਸ ਆਫ ਐਨ ਮੈਗਨੈਟਿਕ ਫੀਲਡ ਸਿਮੀਲਰਲੀ ਇਹ ਤਾਂ ਆਈ ਸਿੰਪਲ ਇੰਟੈਂਸਿਟੀ ਦੀ ਵੈਲਿਊ ਹੁਣ ਆਪਾਂ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਦੇ ਕੇਸ ਵਿੱਚ ਦੇਖ ਸਕਦੇ ਹਾਂ ਇਹ ਕੀ ਆ ਯੂ ਕੀ ਆ ਐਵਰੇਜ ਐਨਰਜੀ ਡੈਂਸਿਟੀ ਸੋ ਇਨ ਕੇਸ ਆਫ ਜੇ ਮੈਂ ਇਲੈਕਟ੍ਰਿਕ ਫੀਲਡ ਦੇ ਕੇਸ ਵਿੱਚ ਲਿਖਣਾ ਹੋਵੇ ਸੋ ਇਨ ਕੇਸ ਆਫ ਇਲੈਕਟ੍ਰਿਕ ਫੀਲਡ ਜਿਹੜੀ ਮੇਰੇ ਕੋਲ ਆਈ ਦੀ ਵੈਲਿਊ ਆ ਉਹ ਕੀ ਆਜੂਗੀ ਦੈਟ ਇਜ਼ ਮੈਂ ਇੱਥੇ ਯੂ ਦੀ ਵੈਲਿਊ ਪੁੱਟ ਕਰ ਦਿੰਦੀ ਹਾਂ ਜਿਹੜੀ ਮੇਰੇ ਕੋਲ ਯੂ ਦੀ ਐਵਰੇਜ ਐਨਰਜੀ ਡੈਂਸਿਟੀ ਇਲੈਕਟ੍ਰਿਕ ਫੀਲਡ ਦੇ ਕੇਸ ਵਿੱਚ ਕਿੰਨੀ ਵੈਲਿਊ ਸੀ ਤੁਹਾਨੂੰ ਯਾਦ ਹੀ ਹੋਊਗਾ ਹੁਣੇ ਹੀ ਕਰਕੇ ਹਟੇ ਹਾਂ ਆਪਾਂ 1/2 ਐਪਸਾਈਲਨ ਨੋਟ ਈ ਨੋਟ ਦੀ ਸਕੇਅਰ ਇਹੀ ਸੀ 1/2 ਐਪਸਾਈਲਨ ਨੋਟ ਈ ਨੋਟ ਦੀ ਸਕੇਅਰ ਜਾਂ ਫਿਰ ਇਹਨੂੰ ਮੈਂ ਕਿੱਦਾਂ ਲਿਖ ਸਕਦੀ ਸੀ ਈ ਨੋਟ ਈ ਸਕੇਅਰ ਆਰ ਐਨ ਐਸ ਆਹੀ ਚੀਜ਼ ਆਪਾਂ ਹੁਣੇ ਹੁਣੇ ਕਰਕੇ ਹਟੇ ਹਾਂ ਔਰ ਇਨ ਮੈਗਨੈਟਿਕ ਫੀਲਡ ਦੇ ਕੇਸ ਵਿੱਚ ਜਿਹੜੀ ਮੇਰੇ ਕੋਲ ਆਈ ਵਿਚ ਇਜ਼ ਇਕੁਅਲ ਟੂ ਯੂ ਇੰਟੂ ਸੀ ਇੱਥੇ ਨਾਲ ਸੀ ਵੀ ਆਊਗਾ ਕਿਉਂਕਿ ਯੂ ਇੰਟੂ ਸੀ ਹੈ ਨਾ ਆਹ ਯੂ ਦੀ ਜਗ੍ਹਾ 'ਤੇ ਆਪਾਂ ਵੈਲਿਊ ਪੁੱਟ ਕੀਤੀ ਹੈ ਕਲੀਅਰ ਸੋ ਅਗੇਨ ਮੈਗਨੈਟਿਕ ਫੀਲਡ ਦੇ ਕੇਸ ਵਿੱਚ ਯੂ ਦੀ ਵੈਲਿਊ ਪੁੱਟ ਕਰੋ ਦੈਟ ਇਜ਼ ਉਹ ਕਿੰਨੀ ਹੈ 1/2 ਮਿਊ ਨੋਟ ਬੀ ਨੋਟ ਦੀ ਸਕੇਅਰ ਜਾਂ ਫਿਰ ਬੀ ਸਕੇਅਰ ਆਰ ਐਮ ਐਸ ਡਿਵਾਈਡਿਡ ਬਾਏ ਮਿਊ ਨੋਟ ਇੰਟੂ ਸੀ ਕਲੀਅਰ ਹੋਇਆ ਸੋ ਆਹ ਵਾਲੇ ਰਿਲੇਸ਼ਨ ਤੋਂ ਮੈਨੂੰ ਕੀ ਪਤਾ ਲੱਗਦਾ ਪਿਆ ਕਿ ਜਿਹੜੀ ਇੰਟੈਂਸਿਟੀ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਮਤਲਬ ਜਿਹੜੀ ਇੰਟੈਂਸਿਟੀ ਇਲੈਕਟ੍ਰੋਮੈਗਨੈਟਿਕ ਵੇਵ ਦੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਕੇਅਰ ਆਫ ਇਲੈਕਟ੍ਰਿਕ ਫੀਲਡ ਐਂਡ ਸਕੇਅਰ ਆਫ ਮੈਗਨੈਟਿਕ ਫੀਲਡ ਕਲੀਅਰ ਹੋਇਆ ਸੋ ਆਪਾਂ ਕੀ ਡਿਸਕਸ ਅੱਜ ਦੇ ਟੋਪਿਕ ਦੇ ਵਿੱਚ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਕੀ ਡਿਸਕਸ ਕੀਤਾ ਕਿ ਐਵਰੇਜ ਐਨਰਜੀ ਡੈਂਸਿਟੀ ਹੁੰਦੀ ਹੈ ਜਿਹੜੀ ਇਲੈਕਟ੍ਰੋਮੈਗਨੈਟਿਕ ਵੇਵ ਦੀ ਇਲੈਕਟ੍ਰਿਕ ਔਰ ਮੈਗਨੈਟਿਕ ਫੀਲਡ ਦੇ ਕੇਸ ਵਿੱਚ ਔਰ ਇੰਟੈਂਸਿਟੀ ਈ ਐਮ ਵੇਵ ਦੀ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਦੇ ਕੇਸ ਵਿੱਚ ਆਪਾਂ ਕੀ ਦੇਖਿਆ ਕਿ ਜਿਹੜੀ ਇੰਟੈਂਸਿਟੀ ਆ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਆ ਸਕੇਅਰ ਆਫ ਇਲੈਕਟ੍ਰਿਕ ਫੀਲਡ ਜਾਂ ਫਿਰ ਸਕੇਅਰ ਆਫ ਮੈਗਨੈਟਿਕ ਫੀਲਡ ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਬਿਲਕੁਲ ਕਲੀਅਰ ਹੋ ਗਿਆ ਹੋਊਗਾ ਜੇ ਕਿਤੇ ਕਿਸੇ ਵੀ ਟੋਪਿਕ ਦੇ ਵਿੱਚ ਕੋਈ ਵੀ ਕੁਐਰੀ ਆ ਤਾਂ ਤੁਸੀਂ ਸਾਡੇ ਵਟਸਐਪ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ